ਜੇਕਰ ਤੁਸੀਂ ਆਪਣੇ ਕਿਸੇ ਵੀ ਸਰੀਰ ਦੇ ਪਾਸੇ ਦੇ ਵਿੱਚ ਹੋ ਰਹੇ ਦਰਦ ਨੂੰ ਮੁਫਤ ਚ ਠੀਕ ਕਰਵਾਉਣਾ ਚਾਹੁੰਦੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਅਸੀਂ ਬਣਾ ਰਹੇ ਹਾਂ ਇਹਨਾਂ ਦਾ ਤੇ ਜਸ ਬਹੁਤ ਹੈ ਸਾਡੇ ਤੇ ਪੂਰਾ ਵਿਸ਼ਵਾਸ ਹੈ ਪੂਰਾ ਵਿਸ਼ਵਾਸ ਹੈ। ਸੰਤੇ ਜਰਾ ਕੋਈ ਪ੍ਰੋਬਲਮ ਹੋਇਆ ਸੀ ਉਸੇ ਟਾਈਮ ਇਹਨਾਂ ਕੋਲ ਆਨੇ ਆ। ਹੱਥਾਂ ਦੀਆਂ ਉਂਗਲਾਂ ਨਾਲ ਅਜਿਹਾ ਜਿਹੜੀ ਥੈਰੇਪੀ ਕਰਦੇ ਨੇ ਲੋਕ ਮੰਨਦੇ ਨੇ ਕਿ ਬਹੁਤ ਜਿਹੜਾ ਇਹਨਾਂ ਦੀ ਹੱਥ ਦੇ ਵਿੱਚ ਸ਼ਫਾ ਬਹੁਤ ਹੈ। ਬਸ ਐ ਦੇਖੋ ਆ ਹਤਾں ਬਸ ਜੋ ਮਾਲਕ ਨੇ ਦੇਣਾ ਸਾਨੂੰ ਇਹ ਅਸੀਂ ਮਾਲਕ ਦਾ एहसान ਦੇ ਨਹੀਂ ਸਕਦੇ ਸਾਰੀ ਜ਼ਿੰਦਗੀ ਦੇ ਸਕਦੇ ਅਸੀਂ ਕਹਿੰਦੇ ਅਸੀਂ ਸੇਵਾ ਕਰਦੇ ਸੇਵਾ ਕਰਦੇ ਰਹਾਂਗੇ। ਤੁਹਾਡੀ ਅੱਖਾਂ 'ਚ ਹੰਝੂ। ਮੈਂ ਉਹ ਜਿਉ ਆ ਰਹੇ ਜੇ ਮੇਰੇ ਮੁੰਡੇ ਨੇ ਮੈਨੂੰ ਤੁਰਨ ਲਈ ਲਾਤਾ। ਮੈਨੂੰ ਇੰਨੇ ਖੁਸ਼ੀ ਬਹੁਤ ਆ। ਮੇਰੇ ਹੁੰਡੇ ਨੇ ਮੈਨੂੰ ਤੁਰਨ ਲਈ ਮੈਂ ਏਸੀ ਵੀ ਮੈਂ ਤੁਰ ਨਹੀਂ ਸਕਦੀ ਵੀ ਮੈਨੂੰ ਕੋਈ ਪੁੱਛਣ ਵਾਲਾ ਵੀ ਹੈ ਨਹੀਂ ਸੀ ਵੀ ਮੇਰੇ ਬੇਟੇ ਤਿੰਨਾਂ ਬਾਹਰ ਰਹ ਰਹੇ ਆ ਸੇਫ ਫਿਜ਼ੀਓਥੈਰੇਪਿਸਟ ਨੇ ਉਹਨਾਂ ਦਾ ਜਿਹੜਾ ਮੂੰਹ ਹੈ ਉਹ ਮਿੱਠਾ ਕਰਵਾ ਰਹੇ ਨੇ ਕਹਿੰਦੇ ਜੀ ਹੁਣ ਉਹ ਬਿਲਕੁਲ ਠੀਕ ਨੇ ਦੀ ਹੱਡੀ ਨਾ ਪ੍ਰੋਬਲਮ ਸੀਗੀ ਤੇ ਗੋਡੇ ਵਗੈਰਾ ਦੁਖਦੇ ਨੇ ਪੈਰ ਜੀ ਮੁੱਚ ਜਾਂਦਾ ਬੈਰ ਪੈਰ ਹੱਥ ਮੁੱਚ ਜਾਂਦਾ ਕਈ ਵਾਰੀ ਇੱਕ ਥੈਰਾਪੀ ਨਾ ਖੜਾ ਕਰ ਦਿੰਦੇ ਨੇ ਬੰਦੇ ਲੋ ਜੀ ਡਾਕਟਰਾਂ ਨੇ ਇਹਨਾਂ ਨੂੰ ਇਹ ਕਹਤਾ ਸੀ ਕਿ ਜਿਹੜੀ ਇਹਨਾਂ ਦੀ ਬਾਹ ਹੈਗੀ ਉਹ ساری ਜ਼ਿੰਦਗੀ ਚੱਲ ਹੀ ਨਹੀਂ ਸਕਦੀ ਇਹੀ ਗੱਲ ਕਹੀ ਸੀ ਹਾਂਜੀ ਔਰ ਕਹਿੰਦੇ ਸੀ ਦੁਆਰਾ ਇਹਦਾ ਆਪਰੇਸ਼ਨ ਹੋਏਗਾ ਇਹਦੇ ਵਿੱਚ ਪਲੇਟਾਂ ਪਈਆਂ ਹੋਈਆਂ ਆ ਪਲੇਟਾਂ ਕੱਢਣੀਆਂ ਪੈਣਗੀਆਂ ਕੱਢ ਕੇ ਉਸ ਤੋਂ ਬਾਅਦ ਜਾ ਕੇ ਸਨ ਸੈਟਿੰਗ ਕਰਨਾ ਤੇ ਫਿਰ ਇਹਨਾਂ ਇਹਨਾਂ ਨੇ ਕੁਝ ਆਪਰੇਸ਼ਨ ਕੀਤਾ ਕੁਝ ਪਲਸਟਰ ਲਾਇਆ ਇਹਨਾਂ ਨੇ ਤੇ ਬਸ ਥੈਰਾਪੀਆਂ ਹੀ ਕੀਤੀਆਂ ਨੇ ਔਰ ਥੈਰਾਪੀਆਂ ਵੀ 3-4 ਥੈਰਾਪੀਆਂ 'ਚ ਖੜੇ ਹੋ ਗਏ ਡਿਸਕ ਸਰਵਾਈਕਲ ਗੋਡੇ ਮੋਡੇ ਇੱਕ ਲੱਤ ਵਿੱਚ ਦਰਦ ਤੇ ਹੱਥਾਂ ਪੈਰਾਂ ਦਾ ਸੁਨਣਾ ਹੋਣਾ ਥੈਰਾਪੀ ਨਾਲ ਠੀਕ ਕਰਨ ਦੀ ਫਰੀਜ਼ ਸੇਵਾ ਕੀਤੀ ਜਾਂਦੀ ਹੈ। ਐਬਾ ਬਿਲਕੁਲ ਨਹੀਂ ਉੱਚੀ ਹੁੰਦੀ ਸੀ। ਹੁਣ ਮੇਰੇ ਬਾਪ ਬਿਲਕੁਲ ਐਨ ਉੱਚੀ ਹੁੰਦੀ ਹੈ। ਮੈਂ ਅੱਗੇ ਕੱਪੜੇ ਨਹੀਂ ਧੋ ਸਕਦੀ ਸੀ, ਨਾ ਨਹੀਂ ਸਕਦੀ ਸੀ। ਸਾਲ-ਸਾਲ ਪੂਰਾ ਪੂਰਾ ਸਾਲ ਮੈਂ ਨਾ ਧੋ ਰਹੀ ਨਹੀਂ ਸਕਦੀ ਸੀ। ਇਹ ਨਵੰਦੀ ਧੌਂਦੀ ਸੀ ਮੈਂ। ਤੇ ਤੇ ਹੁਣ ਫਿਰ ਹੁਣ ਬੇ ਬਿਲਕੁਲ ਠੀਕ ਆ। ਹੁਣ ਅੱਛਾ ਲੱਖ ਜਿਹੜਾ ਦਰਦ ਹੁੰਦਾ ਸੀ ਜੀ। ਅੱਛਾ। ਮਣਕੇ ਨੱਬੇ ਹੋਏ ਸੀ। ਡਾਕਟਰਾਂ ਕੋਲ ਬੜੀਆਂ ਦਵਾਈਆਂ ਖਾਦੀਆਂ ਨੇ। ਅਕਸਰੇ ਵੀ ਕਰਾਏ ਨੇ। ਕੋਈ ਫਰਕ ਨਹੀਂ ਪਿਆ। ਅੱਛਾ ਫਿਰ ਇੱਥੇ ਕਿਵੇਂ ਆ ਕੇ ਫਿਰ ਫਰਕ ਪਿਆ ਜੀ? ਹਾਂ ਜੀ ਇੱਥੇ ਫਿਰ ਪਤਾ ਲੱਗਾ ਇਹ ਕੰਮ ਕਰਦੇ ਨੇ ਮੈਂ ਇਹਨਾਂ ਦੁਕਾਨ ਖੋਲੀ ਤਾਂ ਹੀ ਆਉਂਦੀ ਆ। ਤੇ ਹੁਣ ਮੈਨੂੰ ਉੱਪਰ ਠੀਕ ਹੈ। ਸਰਵਾਈਕਲ ਆਹ ਬਾਹ ਸੁੱਝ ਜਾਂਦੀ ਸੀ ਜੀ ਗਰਦਨ ਸੁੱਝ ਜਾਂਦੀ ਸੀ ਜੇ ਕੋਈ ਕੰਮ ਕਰਦੀ ਤੀ। ਫਿਰ ਉਹਦੇ ਨਾਲ ਹੁਣ ਐਥਰੇਪੀ 90 ਕਿੰਨੇ ਟਾਈਮ ਚ ਸਰਵਾਈਕਲ ਵਾਲਾ ਤੁਸੀਂ ਜਿਹੜਾ ਪੇਨ ਹੈਗਾ ਕਿੰਨੇ ਮਿੰਟਾਂ ਚ ਦੂਰ ਕਰ ਦਿੰਦੇ ਹੋ? ਕਿੰਨੇ ਟਾਈਮ ਚ ਦੂਰ ਕਰ? ਮੈਂ 5 ਮਿੰਟ ਕਰੂੰਗਾ ਐਕਸਰੇ ਉਹਨਾਂ ਦੇ। 5 ਮਿੰਟਾਂ ਦੇ ਵਿੱਚ ਉਹ ਕਹਣਗੇ ਮੈਨੂੰ ਬਹੁਤ ਜ਼ਿਆਦਾ ਰੀਲੀਫ ਮਿਲ ਗਿਆ 5 ਮਿੰਟਾਂ ਜਿਨ੍ਹਾਂ ਦੀ ਅੱਖਾਂ ਭਰੀਆਂ ਪੰਜ ਮਿੰਟਾਂ ਦੀ ਕੋਈ ਆ ਇਹ ਹੱਥ ਨੂੰ ਇਸ ਤਰ੍ਹਾਂ ਜੋੜ ਲੈਣਾ ਪੰਜੋ ਉਂਗਲੀਆਂ ਠੀਕ ਹੈ ਜੀ ਇਹ ਰਾਈਟ ਹੈਂਡ ਹੈ ਐਂਡ ਲੈਫਟ ਹੈਂਡ ਦੋਨੇ ਇਸ ਤਰ੍ਹਾਂ ਕਰ ਲੈਣੀ ਹੈ ਔਰ ਆਪਣੇ ਇਹ ਕੰਨ ਦੀ نیچے ਲੋ ਤੋਂ ਕੰਨ ਦੀ ਲੋ ਤੋਂ ਇੰਚ ਕੁ ਥੋੜਾ نیچے ਆ ਚੀਜ਼ਾਂ ਦੇ ਪਰ ਬੇਟੇ ਦੀ ਲੱਤ ਨੂੰ ਪਤਾ ਨਹੀਂ ਕ੍ਰੇਕ ਕਿੱਕ ਹੀ ਮਾਰੀ ਸੀ ਦੋ ਤਿੰਨ ਵਾਰੀ ਮੋਟਰਸਾਈਕਲ ਤੇ ਸਮਾਨ ਸੀ ਅੱਗੇ ਥੋੜੇ ਜਿਹਾ ਉਸ ਸਮਾਨ ਦੇ ਨਾਲ ਹੀ ਮੈਂ ਤੇ ਬਾਹਰ ਬਹੁਤ ਐਕਸਰੇ ਦੋ ਤਿੰਨ ਵਾਰੀ ਖਰਾਬ ਬੈਠੇ ਕੋਈ ਫਾਇਦਾ ਨਾ ਦਵਾਈਆਂ ਵੀ ਖਾ ਖਾ ਕੇ ਫਿਰ ਅਸੀਂ ਇਹਨਾਂ ਨੂੰ ਵਿਖਾਇਮੈਂ ਇਹਨਾਂ ਕੋਲ ਆਈ ਫਿਰ ਕਿੰਨੇ ਦਿਨਾਂ ਚ ਠੀਕ ਕਰਤਾ ਇਹਨਾਂ ਫਿਰ 15 20 ਦਿਨਾਂ ਚ ਠੀਕ ਹੋ ਗਏ ਜਿਨ੍ਹਾਂ ਦੇ ਮੋਢਿਆਂ ਚ ਕੋਈ ਦਿੱਕਤ ਹੈ ਇਹ ਸੈਕਸਰਾਈਜ਼ ਨਾਲ ਕਰਨ ਨਾਲ ਉਹ ਠੀਕ ਹੋ ਜਾਂਦੇ ਨੇ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਕਾਸਿਫ ਫਾਰੂਕੀ ਬਾਬਾ ਜੀ ਦੇ ਅਸ਼ੀਰਵਾਦ ਨਾਲ ਮਹੀਨੇ ਦੀ ਹਰ ਸੰਗਰਾਦ ਨੂੰ ਡੇਰਾ ਹੰਸਾਲੀ ਸਾਹਿਬ ਵਿਖੇ ਡਿਸਕ ਸਰਵਾਈਕਲ ਇੱਕ ਵਾਰ ਨੋਟ ਕਰ ਲਿਓ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਦੱਸਣ ਲੱਗਿਆ ਡਿਸਕ ਸਰਵਾਈਕਲ ਗੋਡੇ ਮੋਡੇ ਇੱਕ ਲੱਤ ਵਿੱਚ ਦਰਦ ਅਤੇ ਹੱਥਾਂ ਪੈਰਾਂ ਦਾ ਸੁन्न ਹੋਣਾ ਥੈਰੇਪੀ ਨਾਲ ਠੀਕ ਕਰਨ ਦੀ ਫ੍ਰੀ ਸੇਵਾ ਕੀਤੀ ਜਾਂਦੀ ਹੈ ਯਾਨੀ ਕਿ ਜੇਕਰ ਤੁਸੀਂ ਆਪਣੇ ਕਿਸੇ ਵੀ ਸਰੀਰ ਦੇ ਪਾਸੇ ਦੇ ਵਿੱਚ ਹੋ ਰਹੇ ਦਰਦ ਨੂੰ ਮੁਫਤ ਚ ਠੀਕ ਕਰਵਾਉਣਾ ਚਾਹੁੰਦੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਅਸੀਂ ਬਣਾ ਰਿਹਾ ਤਸਵੀਰਾਂ ਇਸ ਵੀਲੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਪਹੁੰਚੇ ਹਾਂ ਸਰਹੰਦ ਦੇ ਉੱਤੇ ਸਰਹੰਦ ਦੇ ਵਿੱਚ ਅਸੀਂ ਪਹੁੰਚੇ ਹਾਂ ਜਿੱਥੇ ਇੱਕ ਅਜੀਹਾ ਫਿਜ਼ੋਥੈਰੇਪੀ ਸੈਂਟਰ ਹੈ ਜੋ ਡੇਰਾ ਹੰਸਾਲੀ ਵਿਖੇ ਜਿੱਥੇ ਫਿਜ਼ੋਥੈਰੇਪਿਸਟ ਨੇ ਜੋ ਡੇਰਾ ਹੰਸਾਲੀ ਵਿਖੇ ਮੁਫਤ ਚ ਲੋਕਾਂ ਦੇ ਗੋਡੇ ਮੋਡੇ ਤੇ ਜਿਹੜੀ ਡਿਸਕ ਦੀ ਸਮੱਸਿਆ ਦਰਦ ਨੇ ਉਹ ਦੂਰ ਕਰ ਰਹੇ ਨੇ ਤਸਵੀਰਾਂ ਤੁਹਾਨੂੰ ਅਸੀਂ ਇੱਕ ਵਾਰ ਬਾਹਰ ਤੋਂ ਵੀ ਦਿਖਾ ਦਿੰਨੇ ਆ ਇਹ ਤਸਵੀਰਾਂ ਨੇ ਅਕੀਕਾ ਟੀਵੀ ਪੰਜਾਬੀ ਦੇ ਉੱਤੇ ਤੁਸੀਂ ਇਹ ਵਿਸ਼ੇਸ਼ ਕਰਕੇ ਦੇਖ ਰਹੇ ਹੋ ਮਿਲਾਪ ਥੈਰੇਪੀ ਸੈਂਟਰ ਹੈ ਜਿੱਥੇ ਮਲੇਰ ਕੋਟਲੇ ਵਾਲਿਆਂ ਦਾ ਇਹ ਸੈਂਟਰ ਹੈਗਾ ਇੱਥੇ ਫਿਜ਼ੀਓਥੈਰੇਪਿਸਟ ਹਰੂਨ ਨੇ ਜੋ ਇੱਥੇ ਤਸੱਲੀ ਨਾਲ ਲੋਕਾਂ ਦਾ ਕਹਿਣਾ ਹੈ ਕਿ ਇਲਾਜ ਕਰ ਰਹੇ ਨੇ ਉਹਨਾਂ ਨਾਲ ਥੋੜੀ ਮੁਲਾਕਾਤ ਹੈ ਜਿਹੜੀ ਕਰਵਾਉਨੇ ਆ ਮੁਫਤ ਦੇ ਵਿੱਚ ਇਲਾਜ ਉਹ ਕਿਵੇਂ ਕਰਵਾ ਸਕਦੇ ਨੇ ਤੇ ਕਿਸ ਤਰੀਕੇ ਨਾਲ ਲੋਕਾਂ ਨੂੰ ਇੱਥੇ ਜਿਹੜੇ ਲੋਕ ਇੱਥੇ ਆਉਂਦੇ ਨੇ ਕਿਵੇਂ ਜਿਹੜੇ ਫਿਜ਼ੀਓਥੈਰੇਪਿਸਟ ਨੇ ਉਹ ਹੱਥਾਂ ਦੀਆਂ ਉਂਗਲਾਂ ਨਾਲ ਅਜਿਹਾ ਜਿਹੜੀ ਥੈਰੇਪੀ ਕਰਦੇ ਨੇ ਲੋਕ ਮੰਨਦੇ ਨੇ ਕਿ ਬਹੁਤ ਜਿਹੜਾ ਇਹਨਾਂ ਦੀ ਹੱਥ ਦੇ ਵਿੱਚ ਸ਼ਫਾ ਬਹੁਤ ਹੈ ਬਹੁਤ ਲੋਕਾਂ ਨੂੰ ਇੱਥੇ ਜਿਹੜਾ ਆਰਾਮ ਮਿਲਦਾ ਇੱਥੇ ਆਉਣ ਤੋਂ ਬਾਅਦ ਤੁਹਾਡੀ ਮੁਲਾਕਾਤ ਹੈ ਅਸੀਂ ਅੱਜ ਕਰਵਾ ਰਹੇ ਹਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਤੁਸੀਂ ਦੇਖ ਲਓ ਇਸ ਵੇਲੇ ਹਕੀਕਤ ਟੀਵੀ ਪੰਜਾਬੀ ਦੇ ਉੱਤੇ ਤੁਹਾਡੀ ਗੱਲਬਾਤ ਹੈ ਅਸੀਂ ਫਿਜ਼ੀਓਥੈਰੇਪਿਸਟ ਹਾਰੂਨ ਹੋਰਾਂ ਨਾਲ ਕਰਵਾ ਰਹੇ ਹਾਂ ਕੁਝ ਕੁ ਜਿਹੜੇ ਪੇਸ਼ੈਂਟ ਹੈਗੇ ਨੇ ਇੱਥੋਂ ਠੀਕ ਹੋ ਕੇ ਗਏ ਨੇ ਔਰ ਕੁਝ ਆਪਣਾ ਇਲਾਜ ਕਰਵਾ ਰਹੇ ਨੇ ਉਹ ਇੱਥੇ ਮੌਜੂਦ ਨੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਇਸ ਵੇਲੇ ਜਿਹੜੇ ਅਸੀਂ ਤੁਹਾਡੀ ਮੁਲਾਕਾਤ ਉਹਨਾਂ ਲੋਕਾਂ ਨਾਲ ਵੀ ਕਰਵਾਵਾਂਗੇ ਜਿਹੜੇ ਇੱਥੇ ਆਏ ਨੇ ਔਰ ਕਿਸ ਤਰੀਕੇ ਦਾ ਉਹਨਾਂ ਦਾ ਇੱਥੇ ਦਾ ਤਜਰਬਾ ਰਿਹਾ ਉਹ ਵੀ ਤੁਹਾਡੇ ਨਾਲ ਅਸੀਂ ਸਾਂਝਾ ਕਰਾਂਗੇ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਅਸੀਂ ਇਸ ਵੇਲੇ ਜਿਹੜੇ ਫਿਜ਼ੀਓਥੈਰੇਪਿਸਟ ਮਿਸਟਰ ਹਾਰੂਨ ਨੇ ਜਿਹੜੇ ਇੱਥੇ ਸਾਰੀਆਂ ਚੀਜ਼ਾਂ ਦਾ ਉਹ ਇਲਾਜ ਕਰਦੇ ਨੇ ਕਾਫੀ ਸਮੇਂ ਤੋਂ ਇੱਥੇ ਉਹ ਇਹ ਆਪਣਾ ਕਲੀਨਿਕ ਹੈਗਾ ਜਿਹੜਾ ਉਹ ਚਲਾਉਂਦੇ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਸ਼ੁਰੂਆਤ ਕਰ ਲੈਣੇ ਆ ਪਹਿਲਾਂ ਕਿਸ ਤਰੀਕੇ ਨਾਲ ਇਲਾਜ ਹੁੰਦਾ ਹੈ ਬਗੈਰ ਦਵਾਈਆਂ ਤੋਂ ਬਗੈਰ ਟੀਕਿਆਂ ਤੋਂ ਕੋਈ ਆਪਰੇਸ਼ਨ ਨਹੀਂ ਤਸਵੀਰਾਂ ਤੁਸੀਂ ਦੇਖੋ ਇਸ ਵੇਲੇ ਇੱਕ ਜਿਹੜੇ ਔਰਤ ਹੈਗੇ ਨੇ ਇੱਥੇ ਪੇਸ਼ੈਂਟ ਹੈਗੇ ਨੇ ਉਹਨਾਂ ਦੀ ਥੈਰੇਪੀ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਆ ਇਹ ਮਿਲਾਪ ਥੈਰੇਪੀ ਸੈਂਟਰ ਦੀਆਂ ਤਸਵੀਰਾਂ ਨੇ ਜਿਹੜਾ ਕਿ ਸਰਹੰਦ ਸ਼ਹਿਰ ਦੇ ਵਿੱਚ ਹੈ ਸਰਹੰਦ ਸਿਟੀ ਦੇ ਵਿੱਚ ਹੈ ਰੇਲਵੇ ਰੋਡ ਦੇ ਉੱਤੇ ਥੋੜੀ ਗੱਲਬਾਤ ਅਸੀਂ ਕਰਾਂਗੇ ਅਕਸਰ ਤੁਸੀਂ ਹਕੀਕਤ ਟੀਵੀ ਪੰਜਾਬੀ ਦੇ ਉੱਤੇ ਇੱਕ ਦੋ ਪਹਿਲਾਂ ਵੀ ਵੀਡੀਓਜ਼ ਜਿਹੜੀਆਂ ਹਾਰੂਨ ਹੋਣਾ ਦੇ ਦੇਖੀਆਂ ਨੇ ਜਦੋਂ ਅਸੀਂ ਪਤਾ ਕੀਤਾ ਇਹਨਾਂ ਬਾਰੇ ਕੀ ਕੰਮ ਕਰਦੇ ਨੇ ਕਿਵੇਂ ਕਰਦੇ ਨੇ ਤਾਂ ਬੜਾ ਦਿਲਚਸਪ ਜਿਹੜਾ ਕਿੱਸਾ ਉਹ ਸਾਹਮਣੇ ਅੱਜ ਤੁਹਾਡੇ ਨਾਲ ਗੱਲਬਾਤ ਕਰਾਵਾਂਗੇ ਬਹੁਤ ਬਹੁਤ ਸਵਾਗਤ ਹੈ ਹਾਰੂਨ ਸਾਹਿਬ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਜੀ ਜੀ ਬਹੁਤ ਬਹੁਤ ਸਵਾਗਤ ਜੀ ਤੁਹਾਨੂੰ ਅਸਲਾਮੁਅਲੈਕੁਮ ਵ ਰਹਿਮਤੁਲਲਾਹ ਵ ਬਰਕਤੋ ਅ ਤੁਹਾਡੀਆਂ ਉਂਗਲਾਂ ਦੇ ਵਿੱਚ ਹੈ ਜਿਹੜਾ ਉਹ ਜਾਦੂ ਹੈ ਤੁਹਾਡੇ ਇੱਥੇ ਆਉਂਦੇ ਨੇ ਲੋਕ ਆ ਕੇ ਤੁਸੀਂ ਹੱਥ ਲਗਾਉਨੇ ਹੋ ਤੇ ਹੱਥ ਲਗਾਉਣ ਨਾਲ ਹੀ ਜਿਹੜਾ ਬਗੈਰ ਆਪਰੇਸ਼ਨ ਬਗੈਰ ਟੀਕੇ ਬਗੈਰ ਦਵਾਈ ਤੋਂ ਤੁਸੀਂ ਜਿਹੜੇ ਲੋਕਾਂ ਦੇ ਦਰਦ ਉਹ ਠੀਕ ਕਰ ਦਿੰਨੇ ਹੋ ਕੀ ਤੁਹਾਡੇ ਹੱਥਾਂ ਦੇ ਵਿੱਚ ਅਜਿਹਾ ਕੀ ਹੈ ਕੀ ਕਰਦੇ ਹੋ ਤੁਸੀਂ ਬismillah ਰਹਿਮਨ ਦੇਖੋ ਜੀ ਇਹ ਚੀਜ਼ ਸਾਨੂੰ ਪਰਮਾਤਮਾ ਨੇ ਦੇਣ ਹੈ ਹਾਂਜੀ ਤੇ ਪ੍ਰਮਾਤਮਾ ਨੇ ਸਾਨੂੰ ਇੱਕ ਮਤਲਬ ਕਿ ਗੁਣ ਮਿਲਿਆ ਹੈ ਸਾਨੂੰ ਪ੍ਰਮਾਤਮਾ ਵੱਲੋਂ ਅਸੀਂ ਜਿੰਨੇ ਵੀ ਪੇਸ਼ੈਂਟ ਹੱਥਾਂ ਦੇ ਨਾਲ ਸੱਟ ਕੀਤੇ ਨੇ ਹੁਣ ਤੱਕ ਜ਼ਿਆਦਾਤਰ ਸਭ ਠੀਕ ਹੋ ਗਏ ਨੇ ਹੁਣ ਇਹਨਾਂ ਨੂੰ ਸਰਵਾਈਕਲ ਦਾ ਪੇਨ ਥਾ ਔਰ ਇਹਨਾਂ ਦੇ ਪਿੱਠ ਦੇ ਵਿੱਚ ਬਹੁਤ ਜ਼ਿਆਦਾ ਪੇਨ ਥੀ ਇਹ ਮੇਰੇ ਮੇਰੇ ਕੋਲੇ ਅੱਜ ਤੋਂ 1 ਸਾਲ ਪਹਿਲਾਂ ਆਏ ਸੀ ਔਰ ਮੇਰੇ ਕੋਲੇ 1 ਮਹੀਨਾ ਹੈ ਥੈਰੇਪੀ ਕਰਾ ਕੇ ਗਏ ਨੇ 1 ਮਹੀਨੇ ਬਾਅਦ ਬਿਲਕੁਲ ਓਕੇ ਹੋ ਗਏ ਇਹਨਾਂ ਤੋਂ ਪੈਦਲ ਨਹੀਂ ਆਇਆ ਜਾਂਦਾ ਸੀ ਇਹ ਸਾਨੀਪੁਰ ਔਰ ਤੋਂ ਇੱਥੋਂ 2 ਕਿਲੋਮੀਟਰ ਇਹਨਾਂ ਦਾ ਘਰ ਹੈ ਔਰ ਹੁਣ ਇਹ ਪੈਦਲ ਆਉਂਦੇ ਨੇ ਜਾਂਦੇ ਨੇ ਸੌਂਦੇ ਨੇ ਮਤਲਬ ਕਿ ਬਿਲਕੁਲ ਇਹਨਾਂ ਨੂੰ ਨੀਂਦ ਵੀ ਠੀਕ ਆਉਂਦੀ ਹੈ ਪਹਿਲਾਂ ਉਹ ਨੀਂਦ ਨਹੀਂ ਆਉਂਦੀ ਸੀ ਸਾਨੇ ਕੀਤਾ ਕੀ ਹੈ ਮੈਂ ਤੁਹਾਨੂੰ ਦੱਸ ਦਾਂ ਇੱਕ ਵਾਰੀ ਕੋਈ ਜ਼ਿਆਦਾ ਹੋਣੀ ਕਿ ਜਿਹੜੇ ਕੋਈ ਜਾਦੂ ਚਮਤਕਾਰ ਵਾਲੀ ਕੋਈ ਗੱਲ ਨਹੀਂ ਹੈ ਕੋਈ ਜਾਦੂ ਨਹੀਂ ਕੋਈ ਮੰਤਰ ਨਹੀਂ ਕੋਈ ਹਨਾ ਕੋਈ ਇਸ ਤਰ੍ਹਾਂ ਦਾ ਕੋਈ ਖਿੱਚਤ ਹੋਣੀ ਕੋਈ ਓਜਾਰ ਨਹੀਂ ਕੋਈ ਕੋਈ ਆਪਰੇਸ਼ਨ ਨਹੀਂ ਕੋਈ ਐਸੀ ਚੀਜ਼ ਨਹੀਂ ਬਸ ਐ ਦੇਖੋ ਆਹ ਤਾਂ ਬਸ ਜੋ ਮਾਲਕ ਦੀ ਦੇਣ ਹੈ ਸਾਨੂੰ ਇਹ ਅਸੀਂ ਮਾਲਕ ਦਾ ਇਹਿਸਾਨ ਦੇ ਨਹੀਂ ਸਕਦੇ ساری ਜ਼ਿੰਦਗੀ ਦੇ ਸਕਦੇ ਅਸੀਂ ਕਹਿੰਦੇ ਅਸੀਂ ਸੇਵਾ ਕਰਦੇ ਸੇਵਾ ਕਰਦੇ ਰਹਾਂਗੇ ਇਸ ਨੂੰ ਚੀਜ਼ ਦੇਖਦੇ ਕਿ ਬਾਬਾ ਜੀ ਨੇ ਸਾਨੂੰ ਬਚਨ ਕੀਤੇ ਨੇ ਕਿ ਤੁਸੀਂ ਹਰ ਮਹੀਨੇ ਅਸੀਂ ਬਿਲਕੁਲ ਫ੍ਰੀ ਸੇਵਾ ਕਰਦੇ ਆਂ ਸੰਗਰਾਤ ਵਾਲੇ ਦਿਨ ਡੇਰਾ ਹੰਸਾਲੀ ਸਾਹਿਬ ਦੇ ਜਿਹੜੇ ਲੋਕ ਤੁਹਾਡੇ ਕੋਲ ਇੱਥੇ ਨਹੀਂ ਆ ਸਕਦੇ ਜਾਂ ਇੰਨੇ ਆਰਥਿਕ ਤੌਰ ਤੇ ਕਈਆਂ ਦੀਆਂ ਮਜਬੂਰੀਆਂ ਹੁੰਦੀਆਂ ਨੇ ਤਾਂ ਤੁਸੀਂ ਮੁਫਤ ਦੇ ਵਿੱਚ ਵੀ ਜਿਹੜਾ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਨੂੰ ਠੀਕ ਕਰਦੇ ਹੋ ਦਰਦਾਂ ਨੂੰ ਠੀਕ ਕਰਦੇ ਹੋ ਦੇਖੋ ਸਭ ਤੋਂ ਪਹਿਲਾਂ ਆਇਆ ਹੈ ਕਿ ਅਗਰ ਸਾਨੂੰ ਕੋਈ ਕਹਨ ਦਾ ਕਿ ਮੇਰੇ ਕੋਲ ਇਹ ਪੈਸੇ ਨਹੀਂ ਹੈਗੇ ਬਿਲਕੁਲ ਵੀ ਮੈਂ ਮਾਜੂਰ ਹਾਂ ਮੈਂ ਗਰੀਬ ਹਾਂ ਜੋ ਵੀ ਹੈ ਜਦੋਂ ਅਸੀਂ ਰਾਤ ਨੂੰ ਸੁੱਤੇ ਪੈਣਾਂ ਦੇ ਉੱਪਰ ਸਾਰਾ ਦਿਲ ਕਰਦਾ ਅਸੀਂ ਸੁੱਤੇ ਪੈਣੇ ਠੰਡ ਦੇ ਵਿੱਚ ਉਹਨਾਂ ਦੇ ਉੱਪਰ ਕੰਬਲ ਪਾ ਕੇ ਆਈਏ ਹਾਂਜੀ ਭੁੱਖੇ ਨੂੰ ਖਾਣਾ ਖਿਲਾਈਏ ਹਾਂਜੀ ਔਰ ਜਿਹਦੇ ਕੋਲ ਕਪੜਾ ਨੂੰ ਕੱਪੜੇ ਪਹਿਨਾਈਏ ਜਦ ਅਸੀਂ ਇੱਕ ਵਾਰ ਸੇਵਾ ਕਰਦੇ ਹਾਂ ਤਾਂ ਸਾਡੀ ਇਹ ਵੀ ਸੇਵਾ ਹੈ ਹਾਂ ਔਰ ਜਿਹੜਾ ਕੋਈ ਮਜਬੂਰ ਮਜਬੂਰ ਹੈ ਤਾਂ ਅਸੀਂ ਉਸ ਦਾ ਬਿਲਕੁਲ ਮੁਫਤ ਇਲਾਜ ਕਰਦੇ ਆਂ ਕੋਈ ਪੈਸਾ ਨਹੀਂ ਉਹ ਲਵਾਂਗੇ ਥੈਰੇਪੀ ਦਾ ਔਰ ਸੰਗਰਾਦ ਵਾਲੇ ਦਿਨ ਅਸੀਂ ਸਭ ਦਾ ਹੀ ਬਿਲਕੁਲ ਮੁਫਤ ਇਲਾਜ ਕਰਦੇ ਆਂ ਲੇਕਿਨ ਉਹ ਕਰਦੇ ਆ ਡੇਰਾ ਹੰਸਾਲੀ ਸਾਹਿਬ ਕੇ ਜੀ ਜੀ ਸੋ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਲੈਣੇ ਤੁਹਾਡੇ ਮੁਲਾਕਾਤ ਵੀ ਕਰਾਣੀਆਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਅਸੀਂ ਕੀ ਨਾ ਜੀ ਤੁਹਾਡਾ ਮਨਜੀਤ ਘਰ ਰਹੇ ਨੇ ਅੱਛਾ ਮਨਜੀਤ ਜੀ ਕੀ ਪ੍ਰੋਬਲਮ ਸੀ ਤੁਹਾਨੂੰ ਕੀ ਪ੍ਰੋਬਲਮ ਇੱਥੇ ਕਿਉਂ ਆਇਓ ਤੁਸੀਂ ਮੇਰੇ ਮੇਰੇ ਨਾਲ ਦਰਦ ਹੁੰਦਾ ਸੀਗਾ ਪਹਿਲਾਂ ਲੱਕ ਚ ਹੁੰਦਾ ਸੀ ਲੱਕ ਮੇਰਾ ਠੀਕ ਹੋ ਗਿਆ ਹੋᱱੋ ਮੇਰੇ ਪਿੱਛੇ ਵੀ ਦਰਦ ਹੋ ਰਿਹਾ ਪਹਿਲਾਂ ਠੀਕ ਹੋ ਗਈ ਸੀ ਮਸਾਲ ਪਹਿਲਾਂ ਦਵਾਈ ਖਾਦੀ ਠੀਕ ਹੋ ਗਈ ਥੈਰੇਪੀ ਵਗੈਰਾ ਲੱਤੀ ਹੁਣ ਮੇਰੇ ਫੇਰ ਦੁਬਾਰਾ ਹੋ ਗਿਆ ਮੈਂ ਛੜਤੀ ਦੁਬਾਰਾ ਅੱਛਾ ਤੁਸੀਂ ਪ੍ਰੋਪਰ ਜਿਹੜਾ ਉਹ ਪ੍ਰੋਪਰ ਨਹੀਂ ਲਿਆ ਸੀ ਪਹਿਲਾਂ ਸਾਰੀ ਪ੍ਰੋਪਰ ਥੈਰੇਪੀ ਨਹੀਂ ਲਈ ਲੈ ਗਏ ਹਾਂ ਛੜਤੀ ਦੀ ਤੁਹਾਨੂੰ ਲੱਗਿਆ ਕਿ ਮਹੀਨੇ ਚ ਕਿੰਨੇ ਟਾਈਮ ਤੋਂ ਸਮੱਸਿਆ ਸੀ ਤੁਹਾਨੂੰ ਮੈਨੂੰ ਹੈਗੀ ਜੀ 2 ਸਾਲ ਹੋ ਗਏ ਮੈਨੂੰ ਇਹ 2 ਸਾਲ ਹੋ ਗਏ ਸੀ ਤੁਹਾਨੂੰ ਮਤਲਬ ਇਸ ਸਮੱਸਿਆ ਤੋਂ ਕੀ ਕੀ ਦਿੱਕਤਾਂ ਪਰੇਸ਼ਾਨੀਆਂ ਕੀ ਆਉਂਦੀਆਂ ਸੀ ਦਰਦ ਹੁੰਦਾ ਵੀਰ ਜੀ ਪਿੱਛੇ ਸੋਜ ਵਗੈਰਾ ਨਾ ਜਿਵੇਂ ਗੱਠਾਂ ਵਗੈਰਾ ਬਣੀਆਂ ਤੇ ਫਿਰ ਲੋਕ ਇਹਨਾਂ ਬਾਬਤ ਇਥੇ ਆਲਦਾਲੇ ਮਸ਼ਹੂਰ ਹੈਗਾ ਕਿ ਹੱਥ ਲਾ ਕੇ ਠੀਕ ਕਰ ਦਿੰਦੇ ਨੇ ਉਸ ਤਰੀਏ ਹੋਇਆ ਤੁਹਾਡੇ ਨਾਲ ਵੀ ਕੁਝ ਨਾ ਹੋ ਤਾ ਗਿਆ ਦੀ ਵੀਰਜੀ ਠੀਕ ਆ ਫਿਰ ਮੈਂ ਦਵਾਈ ਛੱਡਤੀ ਮਤਲਬ ਠਾ ਆਉਣਾ ਛੱਡਤਾ ਉਹ ਜੀ ਫਿਰ ਫਿਰ ਹੋ ਗਿਆ ਦੁਬਾਰਾ ਅੱਛਾ ਜੀ ਫਿਰ ਦੁਬਾਰਾ ਤੋਂ ਹੁਣ ਤੁਸੀਂ ਫਿਰ ਥੈਰੇਪੀ ਹੁਣ ਆਪਣੀ ਥੈਰੇਪੀ ਪੂਰੀ ਕਰਾਵਾਉਣਾ ਆ ਹੁਣ ਮੈਂ ਹਾਂ ਜੀ ਰਿਪੋਰਟਾਂ ਵਗੈਰਾ ਕਰਾ ਕੇ ਹੁਣ ਦੁਬਾਰਾ ਕਰਾ ਸਾਡੀ ਘਾਟ ਹੀ ਇਹੀ ਹੈ ਕਿ ਅਸੀਂ ਅੱਧ ਦੂਰਾ ਜਦੋਂ ਸਾਨੂੰ ਲੱਗਦਾ ਕਿ ਅਸੀਂ ਠੀਕ ਹੋ ਗਿਆ ਤੇ ਅਸੀਂ ਅੱਧ ਦੂਰੀ ਵਿੱਚ ਛੱਡ ਦਿੰਦੇ ਹਾਂ ਹਾਂ ਜੀ ਥੋੜੀ ਦਿੱਕਤ ਆ ਰ ਕਰਵਾਵਾਂਗੇ ਪਰ ਜਿਹੜੇ ਕੁਝ ਕੁ ਲੋਕ ਇੱਥੇ ਬੈਠੇ ਨੇ ਉਹਨਾਂ ਨਾਲ ਵੀ ਅਸੀਂ ਤੁਹਾਡੀ ਗੱਲਬਾਤ ਕਰਵਾਉਣ ਦੀ ਕੋਸ਼ਿਸ਼ ਕਰਦੇ ਆ ਕਿ ਕਿੱਥੋਂ ਆਏ ਨੇ ਕਿਵੇਂ ਆਏ ਨੇ ਔਰ ਕੀ ਕੀ ਦਿੱਕਤਾਂ ਪਰੇਸ਼ਾਨੀਆਂ ਇੱਥੇ ਉਹ ਲੈ ਕੇ ਜਿਹੜਾ ਫਿਜ਼ੀਓਥੈਰੇਪਿਸਟ ਹਾਰੂਨ ਹੁਣਾ ਕੋਲ ਆ ਰਹੇ ਨੇ ਤੁਹਾਡੀ ਗੱਲਬਾਤ ਅਸੀਂ ਕਰਵਾ ਦਿੰਨੇ ਆ ਕੁਝ ਕੁ ਇੱਥੇ ਸਾਡੀਆਂ ਮਾਤਾਵਾਂ ਨੇ ਜਿਹੜੀਆਂ ਇੱਥੇ ਬੈਠੀਆਂ ਨੇ ਇੰਤਜ਼ਾਰ ਕਰ ਰਹੇ ਨੇ ਆਪਣੀ ਵਾਰੀ ਦਾ ਤੁਹਾਡਾ ਕੀ ਨਾਮ ਹੈ ਜੀ ਮੇਰਾ ਪ੍ਰੀਤਮ ਗੌਰ ਕਿੱਥੋਂ ਆਇਆ ਹੋ ਤੁਸੀਂ ਇੱਥੇ ਜੀ ਸਾਹਮਣੇ ਨਾਲ ਹੀ ਐ ਅੱਛਾ ਹਾਂਜੀ ਕੀ ਤਕਲੀਫ ਕੀ ਦਿੱਕਤ ਕੀ ਸੀ ਮੇਰੀ ਇਹਨਾਂ ਲੱਕ ਦੇ ਪਿੱਛੋਂ ਦੁਖਦਾ ਜੀ ਵੀ ਡਿਕਸ ਦਾ ਅੱਛਾ ਜੀ ਫਿਰ ਮੈਂ ਆ ਪਹਿਲਾਂ ਲਵਾਂਦੀ ਰਹੀ ਵੀ ਹੈ ਕਰਵਾਂਦੀ ਰਹੀ ਪਟਕੇ ਪਟਕੇ ਵੀ ਗਰਮ ਬੰਦੇ ਰਹੀ ਫਿਰ ਮੈਂ ਹੁਣ ਐਕਸਟਰਾ ਖਰਚਾਇਆ ਹੁਣ ਇਹਨਾਂ ਨੂੰ ਦਿਖਾਇਆ ਇਹ ਕਹਿੰਦੇ ਵੀ ਮਣਕੇ ਜਿਹੜੇ ਨੇ ਅੱਗੇ ਪਿੱਛੇ ਹੋ ਗਏ ਨੇ ਉਹਨਾਂ ਨੇ ਵੀ ਦੱਸਿਆ ਜਿਨ੍ਹਾਂ ਨੇ ਐਕਸਟਰਾ ਲਾਇਆ ਸੀ ਹੁਣ ਇਹ ਕਹਿੰਦੇ ਵੀ ਤੁਸੀਂ 15 ਦਿਨ 20 ਦਿਨ ਕਰਵਾਓ ਤਾਂ ਬਿਲਕੁਲ ਠੀਕ ਹੋ ਜਾਏਗਾ ਕਦੋਂ ਕਿੰਨੇ ਟਾਈਮ ਤੋਂ ਤੁਸੀਂ ਇਹਨਾਂ ਕੋਲ ਆ ਰਹੇ ਹੋ ਮੈਂ ਆ ਰਹੀ ਹਾਂ ਸਾਲਡੇਡ ਹੋ ਗਿਆ ਵਿੱਚ ਕਰਵਾ ਲੈਣਾ ਵਿੱਚ ਠੀਕ ਹੋ ਜਾਣਾ ਫਿਰ ਮੈਂ ਬੰਦ ਕਰ ਦੇਣਾ ਫੇ ਵੀ ਚਲ ਵੀ ਮੈਂ ਠੀਕ ਹੋ ਗਈ ਆ ਮੈਂ ਦੌੜ ਰਹੀ ਹੁਣ ਮੋਟਰਸਾਈਕਲ ਤੋਂ ਵੀ ਡਿੱਗ ਪਈ ਅੱਛਾ ਫਿਰ ਸਾਈਕਲ ਤੋਂ ਡਿੱਗ ਗਈ ਲੁਗੀ ਲੁਗੀ ਫੇਰੀ ਆ ਵੀ ਇਹਨਾ ਉਹ ਨਹੀਂ ਹੋਇਆ ਹੈਗਾ ਇੱਥੋਂ ਆਉਣ ਤੋਂ ਪਹਿਲਾਂ ਕੀ ਹਾਲਾਤ ਸੀ ਤੁਹਾਡੇ ਵੀ ਇਸੇ ਤਰ੍ਹਾਂ ਹੀ ਦਰਦੀ ਹੁੰਦੀ ਸੀ ਫਿਰ ਇਹਨਾਂ ਨੇ ਮੱਲਾ ਮੱਲਾ ਵੀ ਫਿਰ ਠੀਕ ਹੋ ਜਾਣਾ ਅੱਛਾ ਫਿਰ ਵਿੱਚੋ ਛੱਡ ਦੇਣਾ ਕਪੜੀਆਂ ਕਰਦੀਆਂ ਮਜਬੂਰੀਆਂ ਵਿੱਚ ਵੀ ਹੋ ਜਾਣਾ ਕਈ ਵਾਰੀ ਤੇ ਇਹਨਾਂ ਨੂੰ ਤਾਂ ਮੈਂ ਦਸੀ ਨਹੀਂ ਵੀ ਸਾਡਾ ਕਾਰੀ ਜਿਹ ਹੈਗਾ ਵੀ ਨਹੀਂ ਤੇ ਕਰਦੇ ਵੀ ਫਰੀ ਲਾ ਜੀ ਆਂਦੇ ਨੇ ਨਾ ਅਸੀਂ ਕਰਦੇ ਆਂ ਵੀ ਅੱਛਾ ਅੱਛਾ ਫਿਰ ਮੇਰੇ ਬੇਟਾ ਵੀ ਸੀ ਉਹਨਾਂ ਦੀ ਲੱਤ ਨੂੰ ਵੀ ਸੀ ਕੀ ਹੋਇਆ ਸੀ ਬੇਟੇ ਦੀ ਲੱਤ ਬੇਟੇ ਦੀ ਲੱਤ ਨੂੰ ਪਤਾ ਨਹੀਂ ਕ੍ਰੇਕ ਕਿੱਕੀ ਮਾਰੀ ਸੀ 2-3 ਵਾਰੀ ਮੋਟਰਸਾਈਕਲ ਤੇ ਸਮਾਨ ਸੀ ਅੱਗੇ ਥੋੜੇ ਜਿਹਾ ਉਸ ਸਮਾਨ ਦੇ ਨਾਲ ਹੀ ਮੈਂ ਤੇ ਬਾਹਰ ਬਹੁਤ ਐਕਸਰੇ 2-3 ਵਾਰੀ ਖਰਾਬ ਬੈਠੇ ਕੋਈ ਫਾਇਦਾ ਨਾਲ ਦਵਾਈਆਂ ਵੀ ਖਾ ਖਾ ਕੇ ਫਿਰ ਅਸੀਂ ਇਹਨਾਂ ਨੂੰ ਵਿਖਾਏ ਮੈਂ ਇਹਨਾਂ ਕੋਲ ਆਈ ਮੇਹਾਂ ਵੀ ਵੀਰ ਦਾ ਬੇਟਾ ਹੈ ਕਹਿੰਦੇ ਤੁਸੀਂ ਲੈ ਆਇਓ ਸ਼ਾਮੀ ਆਏ ਫਿਰ ਇਹਨਾਂ ਕਿੰਨਾ ਕੋਖਾ ਸੀ ਬੇਟਾ ਤੁਹਾਡਾ ਬੇਟਾ ਬਹੁਤ ਲੱਤਾਂ ਤੋਂ ਲੰਗਾ ਕੇ ਇੰਜ ਜਿਵੇਂ ਟੁਰਦੇ ਵੇ ਐਵੇਂ ਜਿਵੇਂ ਨਾਸੀ ਦੱਬੀ ਗਈ ਹੋਈਂਦੀ ਐ ਤੇ ਲੰਗ ਮਾਰ ਕੇ ਤੁਰਨ ਲੱਗ ਗਿਆ ਹਾਂ ਲੰਗ ਮਾਰ ਕੇ ਤੁਰਨ ਲੱਗ ਗਿਆ ਅੱਛਾ ਤੇ ਫਿਰ ਹੋਰ ਆਲੇ ਦੁਆਲੇ ਵੀ ਤੁਸੀਂ ਦਿਖਾਇਆ ਹੋਊਗਾ ਕਿਸੇ ਨੂੰ ਬਾਹਰ ਆਂਦੀ ਪੀਂ ਮੈਂ ਅਸੀਂ ਉਹ ਖਾਂਦੇ ਰਹੇ ਆ ਫਿਰ ਇਹਨਾਂ ਨੂੰ ਫਿਰ ਮੈਂ ਇਹਨਾਂ ਕੋਲ ਹੀ ਆਈ ਮਿਲਾਨ ਵਾਸਤੇ ਹੀ ਆਈ ਇਸ ਤਰ੍ਹਾਂ ਤੇ ਉਹਨਾਂ ਨੇ ਫਿਰ ਮੈਂ ਗੱਲ ਇਹਨਾਂ ਅੱਗੇ ਕੀਤੀ ਮੈਂ ਐਕਸ-ਰੇ ਵੀ ਦੋ ਲਵਾਏ ਪੈ ਨੇ ਕਹਿੰਦੇ ਤੁਸੀਂ ਐਕਸ-ਰੇ ਮੈਨੂੰ ਦਿਖਾਓ ਫਿਰ ਕਿੰਨੇ ਦਿਨਾਂ ਚ ਠੀਕ ਕਰਤਾ ਇਹਨਾਂ ਨੇ ਫਿਰ 15-20 ਦਿਨਾਂ ਚ ਠੀਕ ਹੋ ਗਿਆ ਅੱਛਾ 15-20 ਦਿਨਾਂ ਚ ਪੈਸੇ ਤਾਂ ਨਹੀਂ ਜਾਤਲ ਪੈਸੇ ਕਿੰਨੇ ਕਲੰਦੇ ਕੋਈ ਪੈਸੇ ਨਹੀਂ ਅਨੇ ਲੈਂਦੇ ਹੈਗਾ ਮੈਂ ਪਿਆ ਕੀ ਉਹ ਦਵਾਈਆਂ ਦੇ ਤਾਂ ਫਿਰ ਅਗਲੇ ਨਹੀਂ ਲੈਣੇ ਲੈਣੇ ਨੇ ਉਹ ਕੀ ਜੀ 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 ਕੁਝ ਕੋ ਹੋਰ ਲੇਡੀਜ਼ ਵੀ ਨੇ ਇੱਥੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆਂ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਅਸ਼ਵਿੰਦਰ ਕੌਰ ਹੈ ਅੱਛਾ ਅਸ਼ਵਿੰਦਰ ਜੀ ਤੁਸੀਂ ਤੁਹਾਨੂੰ ਕੀ ਦਿੱਕਤ ਪਰੇਸ਼ਾਨੀ ਤੇ ਅਟੈਕ ਆਇਆ ਸੀਗਾ ਅਟੈਕ ਆਣ ਵਾਸਤੇ ਖੱਬਾ ਪਾਸਾ ਮੇਰਾ ਬਿਲਕੁਲ ਰਹਿ ਗਿਆ ਸੀ ਮੈਂ ਤੋੜ ਨਹੀਂ ਸਕਦੀ ਸੀ ਬਿਲਕੁਲ ਤੇ ਮੈਂ ਇਹਨਾਂ ਕੋਲੇ ਮੈਨੂੰ ਫਰਕ ਪਿਆ ਹਾਂ ਮੈਂ ਉਹ ਤੋੜਨ ਜੋਗੀ ਹੋ ਗਈ ਹਾਂ ਬਿਲਕੁਲ ਮੈਂ ਬਿਲਕੁਲ ਨਹੀਂ ਤੋੜ ਸਕਦੀ ਸੀ ਜੀ 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 ਹਾਂ ਜੀ ਅੱਛਾ ਕਿਹੋ ਜੀ ਤਕਲੀਫ ਕਿਹੋ ਜੀ ਸੀ ਤੁਹਾਡੀ ਮੈਨੂੰ ਅਟੈਕ ਹੀ ਆਇਆ ਸੀਗਾ ਅਟੈਕ ਹੀ ਆਇਆ ਸੀ ਅਟੈਕ ਆਣ ਕਰਕੇ ਖੱਬਾ ਪਾਸਾ ਬਿਲਕੁਲ ਬੰਦ ਹੋ ਗਿਆ ਸੀ ਅੰਦਰ ਸਭ ਬਲੌਕ ਹੋ ਗਿਆ ਸੀਗਾ ਫਿਰ ਇਹਨਾਂ ਨੇ ਮਾਲਿਸ਼ ਕੀਤੀ ਹੈ ਮੇਰੀ ਮਤਲਬ ਮਾਲਿਸ਼ ਨਾਲ ਹੀ ਸੈਟ ਕਰ ਹਾਂਜੀ ਮਾਲਿਸ਼ ਨਾਲ ਇੰਜੋ ਥੈਰੇਪੀ ਕਰਾ ਕੇ ਉਹਦੇ ਨਾਲ ਮੇਰੀ ਸੈਟਿੰਗ ਹੋ ਗਈ ਅੱਛਾ 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 ਤੁਹਾਡੇ ਨਾਲ ਕੋਈ ਆਇਆ ਹਾਂਜੀ ਇਹ ਮੇਰੇ ਦਰਾਨੀ ਹੈਗੇ ਆ ਅੱਛਾ ਤੁਹਾਡਾ ਕੀ ਨਾਮ ਹੈ ਗੁਰਵਿੰਦਰ ਕੌਰ ਅੱਛਾ ਗੁਰਵਿੰਦਰ ਜੀ ਤੁਸੀਂ ਕਦੋਂ ਤੋਂ ਜਾਣਦੇ ਹੋ ਇਹਨਾਂ ਨੂੰ ਅਸੀਂ ਤੇ ਜਦੋਂ ਦੇ ਇੱਥੇ ਇਹਨਾਂ ਨੇ ਕੰਮ ਸ਼ੁਰੂ ਕੀਤਾ ਕਿੰਨੇ ਸਾਲ ਹੋ ਗਏ ਦੋ ਹੋ ਗਏ 10 15 ਸਾਲ ਹੋ ਗਏ ਨਾ ਨਾ 10 15 ਸਾਲ ਹੋ ਗਏ ਨੇ ਇਹਨਾਂ ਨੇ ਇੱਥੇ ਕੰਮ ਕਰਦੇ ਆ ਇਹਨਾਂ ਦੇ ਵਿਆਹ ਤੋਂ ਪਹਿਲੇ ਦੇ ਇੱਥੇ ਆਂਦੇ ਨੇ ਅੱਛਾ ਤੇ ਇਹਨਾਂ ਨੇ ਆਪਣੇ ਪਰਿਵਾਰ ਦੀ ਤਰ੍ਹਾਂ ਹੀ ਸਾਡੇ ਨਾਲ ਰੱਖਿਆ ਸ਼ੁਰੂ ਤੋਂ ਅੱਛਾ ਸਾਡੇ ਬੇਟ ਪੂਰੀ ਇੱਜ਼ਤ ਕਰਦੇ ਨੇ ਗਰੀਬ ਹੋਵੇ ਕੋਈ ਅਮੀਰ ਹੋਵੇ ਉਸ ਹਿਸਾਬ ਨਾਲ ਕਰਦੇ ਨੇ ਕੋਈ ਇਹ ਮਨਾਈ ਨਹੀਂ ਕਰਦੇ ਕਿਸੇ ਤਰ੍ਹਾਂ ਦੀ ਇਹਨਾਂ ਦਾ ਅਟੈਕ ਹੋਇਆ ਹੈ ਨਾ ਮਾਂ ਖੀਚੀ ਗਈ ਸੀ ਹੁਣ ਪਹਿਲੇ ਤੇ ਗੁੱਤ ਵੀ ਨਹੀਂ ਕਰ ਸਕਦੇ ਹੁਣ ਦੇਖੋ ਇਹਨਾਂ ਨੇ ਝੂੜ ਆਪਣੇ ਆ ਕਰਕੇ ਦਿਖਾਇਆ ਜ਼ਰਾ ਕਿਵੇਂ ਹੱਥ ਤੁਸੀਂ ਕਿਵੇਂ ਕਰ ਇਹ ਬਹੁਤ ਉੱਚੀ ਨਹੀਂ ਹੁੰਦੀ ਸੀ ਇਹ ਬਾਂ ਬਿਲਕੁਲ ਨਹੀਂ ਉੱਚੀ ਹੁੰਦੀ ਸੀ ਹੁਣ ਮੇਰੇ ਬਾਂ ਬਿਲਕੁਲ ਇਹਨਾਂ ਉੱਚੀ ਹੁੰਦੀ ਹੈ ਮੈਂ ਕਿਹ ਕੱਪੜੇ ਨਹੀਂ ਧੋ ਸਕਦੇ ਸੀ ਨਾ ਨਹੀਂ ਸਕਦੇ ਸੀ ਸਾਲ ਸਾਲ ਪੂਰਾ ਪੂਰਾ ਸਾਲ ਮੈਂ ਨਾ ਧੋ ਰ ਨਹੀਂ ਸਕਦੇ ਸੀ ਇਹ ਨਵਾਂਦੀ ਧਾਂਦੀ ਸੀ ਮੈਨੂੰ ਤੇ ਹੁਣ ਫਿਰ ਹੌਣ ਬੇ ਬਿਲਕੁਲ ਠੀਕ ਆ ਹੁਣ ਸਾਰਾ ਕੰਮ ਆਪਣੇ ਆਪੋ ਜਿਹ ਹਾਲਾਤ ਬਣੇ ਸੀ ਅਟੈਕ ਤੋਂ ਬਾਅਦ ਜਦੋਂ ਬਾਹ ਖਿੱਚੀ ਗਈ ਉਸ ਤੋਂ ਬਾਅਦ ਸਮਝ ਲਓ ਇੱਕ ਤਾਂ ਅਟੈਕ ਆਇਆ ਉੱਤੇ ਦੀ ਹੈ ਨਾ ਇਹਨਾਂ ਦਾ ਤੇ ਅਸੀਂ ਇਹਨਾਂ ਨੂੰ ਗੱਡੀ 'ਚ ਪਾਣ ਲੱਗੇ ਤੇ ਜਲਦੀ ਪਰੇਸ਼ਾਨੀ ਆਈ ਜ਼ੋਰ ਦੀ ਇਹਨਾਂ ਦੀ ਬਾਹ ਖਿੱਚੀ ਗਈ ਤੇ ਡਾਕਟਰ ਤਾਂ ਕਹਿੰਦੇ ਸੀ ਵੀ ਆ ਬਾਹ ਜ਼ਿੰਦਗੀ 'ਚ ਨਹੀਂ ਚੱਲ ਸਕਦੀ ਡਾਕਟਰਾਂ ਨੇ ਤੇ ਇਹ ਸੁਸਨ ਕਹਿਤਾ ਸੀਗਾ ਪਰ ਮਤਲਬ ਡਾਕਟਰਾਂ ਨੇ ਤੁਹਾਨੂੰ ਇਹ ਕਹਿਤਾ ਸੀ ਕਿ ਜਿਹੜੀ ਇਹਨਾਂ ਦੀ ਬਾਜੂ ਹੈਗੀ ਚੱਕ ਕੇ ਦਿਖਾਓ ਜੀ ਜ਼ਰਾ ਬਾਜੂ ਲੋਜੀ ਡਾਕਟਰਾਂ ਨੇ ਇਹਨਾਂ ਨੂੰ ਇਹ ਕਹਤਾ ਸੀ ਕਿ ਜਿਹੜੀ ਇਹਨਾਂ ਦੀ ਬਾਹ ਹੈਗੀ ਉਹ ساری ਜ਼ਿੰਦਗੀ ਚੱਲ ਹੀ ਨਹੀਂ ਸਕਦੀ। ਇਹੀ ਗੱਲ ਕਹੀ ਸੀ। ਹਾਂਜੀ। ਔਰ ਇਹ ਕਹਿੰਦੇ ਸੀ ਦੁਆਰਾ ਇਹਦਾ ਆਪਰੇਸ਼ਨ ਹੋਏਗਾ। ਇਹਦੇ ਵਿੱਚ ਪਲੇਟਾਂ ਪਈਆਂ ਹੋਈਆਂ, ਪਲੇਟਾਂ ਕੱਢਣੀਆਂ ਪੈਣਗੀਆਂ, ਕੱਢ ਕੇ ਉਸ ਤੋਂ ਬਾਅਦ ਜਾ ਕੇ ਸਨ ਸੈਟਿੰਗ ਕਰਨੀ। ਤੇ ਫਿਰ ਇਹਨਾਂ ਇਹਨਾਂ ਨੇ ਕੁਝ ਆਪਰੇਸ਼ਨ ਕੀਤਾ, ਕੁਝ ਪਲੱਸਟਰ ਲਾਇਆ। ਇਹਨਾਂ ਨੇ ਤੇ ਬਸ ਥੈਰਾਪੀਆਂ ਹੀ ਕੀਤੀਆਂ ਨੇ ਔਰ ਥੈਰਾਪੀਆਂ ਵੀ 3-4 ਥੈਰਾਪੀਆਂ 'ਚ ਖੜੇ ਹੋ ਗਏ ਨੇ। ਅੱਛਾ। ਜ਼ਿਆਦਾ ਨਹੀਂ ਅਸੀਂ ਕੁਝ ਕੀਤਾ। ਮਹੀਨੇ ਡੇਢ ਵਿੱਚ ਖੜੇ ਹੋ ਗਏ ਨੇ। ਮਹੀਨਾ ਡੇਢ ਹੀ ਲੱਗਿਆ ਇਹਨਾਂ ਨੂੰ ਜਿਆਦਾ ਟਾਈਮ ਨਹੀਂ ਲੱਗਿਆ ਪਹਿਲੇ ਤੇ ਇਹਨਾਂ ਨੂੰ ਹੋਸ਼ ਹੀ ਨਹੀਂ ਸੀ ਕਿਉਂਕਿ ਇੰਗਲਿਸ਼ ਦਵਾਈਆਂ ਨਾਲ ਬੰਦਾ बेहोश ਮਧੋਸ ਚ ਰਹਿੰਦਾ ਹੈ ਤਾਂ ਜਦੋਂ ਇਹਨਾਂ ਨੂੰ ਥੋੜਾ ਜਿਹਾ ਹੋਸ਼ ਆਇਆ ਇਹਨਾਂ ਨੇ ਕਿਹਾ ਵੀ ਮੇਰੀ ਬਾਹ ਬਿਲਕੁਲ ਨਹੀਂ ਚੱਲ ਰਹੀ ਤਾਂ ਉਸ ਹਨ ਥੋੜਾ ਜਿਹਾ ਪਤਾ ਚੱਲਿਆ ਵੀ ਹਾਂ ਇਹਨਾਂ ਨੂੰ ਪਰੇਸ਼ਾਨੀ ਹੈ ਤੇ ਅਸੀਂ ਇਹਨਾਂ ਨੂੰ ਫੋਨ ਕਰਕੇ ਬੁਲਾਇਆ ਹੈ ਕਿ ਅੰਦਰ ਜੇ ਉਹਨਾਂ ਨਾਲ ਥੋੜੀ ਜਾਣ ਪਛਾਣ ਕਿਵੇਂ ਹੋਏ ਇਸ ਤਰ੍ਹਾਂ ਸਾਡੇ ਇੱਥੇ ਸ਼ੁਰੂ ਤੋਂ ਹੀ ਹਨ ਤੇ ਅਸੀਂ ਆਂਦੇ ਜਾਂਦੇ ਸੀ ਇਹਨਾਂ ਕੋਲ ਥੋੜਾ ਬਹੁਤ ਕਰਵਾਉਣ ਵਾਸਤੇ ਅੱਛਾ ਪਹਿਲਾਂ ਤੁਸੀਂ ਵੀ ਇਲਾਜ ਕਰਾਇਆ ਆਪਣਾ ਤੁਹਾਨੂੰ ਕੀ ਦਿੱਕਤ ਬ੍ਰੀਡ ਦੀ ਹੱਡੀ ਨਾ ਪ੍ਰੋਬਲਮ ਸੀਗੀ ਤੇ ਗੋਡੇ ਵਗੈਰਾ ਦੁਖਦੇ ਨੇ ਪੈਰ ਜਿ ਮੁੱਚ ਜਾਂਦਾ ਬੈਰ ਪੈਰ ਹੱਥ ਮੁੱਚ ਜਾਂਦਾ ਕਈ ਵਾਰੀ ਇੱਕ ਥੈਰੇਪੀ ਨਾ ਖੜਾ ਕਰ ਦਿੰਦੇ ਨੇ ਬੰਦੇ ਨੂੰ ਐਸੀ ਗੱਲ ਹਾਂ ਮੇਰੇ ਅੰਗੂਠਾ ਹੋ ਗਿਆ ਸੀਗਾ ਮੇਰੇ ਕੋਲ ਕੱਪੜੇ ਨਿਚੋੜੇ ਨਹੀਂ ਜਾਂਦੇ ਸੀਗੇ ਤੇ ਮੈਂ ਇੱਕ ਦਿਨ ਕੱਪੜੇ ਤੋਤੇ ਮੇਰਾ ਹੱਥ ਪੂਰਾ ਸੁੱਜ ਗਿਆ ਤੇ ਮੇਰੀ ਸੱਸ ਕਹਿੰਦੀ ਵੀ ਤੂੰ ਦਿਖਾ ਕੇ ਆ ਮੈਂ ਇੱਕ ਵਾਰੀ ਇਹਨਾਂ ਕੋਲ ਥੈਰੇਪੀ ਕਰਵਾ ਕੇ ਗਈ ਇਹ ਕਿਤੇ ਲੋਕ ਗੱਲ ਦੇ ਲੈ ਕਹਿੰਦੇ ਨੇ ਕਿ ਜੀ ਇਹਨਾਂ ਦੇ ਡਾਕਟਰ ਸਾਹਿਬ ਦੇ ਹੱਥਾਂ ਦੇ ਵਿੱਚ ਕੋਈ ਕਲਾਕਾਰੀ ਹੈ ਦੇਖੋ ਇਹ ਆਪਣੇ ਮਜ਼ਹਬ ਦੀ ਪੂਰੀ ਇੱਜ਼ਤ ਪੰਜ ਨਮਾਜ਼ੀ ਮੁੰਡਾ ਹੈ ਇਹ ਪੰਜ ਨਮਾਜ਼ੀ ਮੁੰਡਾ ਹੈ ਅਸੀਂ ਇਹਨੂੰ ਸ਼ੁਰੂ ਤੋਂ ਦੇਖ ਰਹੇ ਹਾਂ ਸਾਡੇ ਘਰ ਵੀ ਇੱਕ ਪਹਿਲੇ ਮੁਸਲਮਾਨ ਰਹਿ ਕੇ ਗਏ ਕਿਰਾਏ ਤੇ ਤੇ ਉਹਨਾਂ ਦੇ ਨਾਲ ਆਉਂਦੇ ਜਾਂਦੇ ਸੀ ਸਾਡੇ ਘਰ ਤੇ ਅਸੀਂ ਇਹਨੂੰ ਦੇਖਿਆ ਇਹ ਆਪਣਾ ਕੰਮ ਕਰ ਰਿਹਾ ਨਾ ਜੇ ਆਪਣਾ ਕੰਮ ਕਰ ਰਿਹਾ ਹੈ ਤੇ ਇਸਨੇ ਤੇ ਨਮਾਜ਼ ਦਾ ਟਾਈਮ ਹੋਇਆ ਨਾ ਇਹਨੇ ਆਪਣੀ ਨਮਾਜ਼ ਕਰਨੀ ਕਰਨੀ ਹੈ ਅੱਛਾ ਇਹਦੀ ਆਪਣੇ ਫੈਮਿਲੀ ਚ ਅਚੀ ਤਰ੍ਹਾਂ ਰਹਿ ਰਿਹਾ ਹੈ ਜਿਹੜਾ ਡਾਕਟਰ ਤਮੀਜ਼ਦਾਰ ਹੋਵੇ ਨਾ ਉਹ ਮਰੀਜ਼ਾਂ ਨਾਲ ਬਾਅਦ ਵਿੱਚ ਪਹਿਲੇ ਆਪਣੇ ਇਹਦੀ ਵਾਈਫ ਉਹ ਵੀ ਬਹੁਤ ਅੱਛੀ ਹੈ ਉਹ ਵੀ ਇਸੇ ਕੰਮ ਵਿੱਚ ਲੱਗੀ ਹੋਈ ਹੈ ਹਾਂਜੀ ਹਾਂ ਉਹ ਵੀ ਪੂਰੀ ਸੇਵਾ ਕਰਦੀ ਹੈ ਇੱਥੇ ਕਿਸੇ ਤਰ੍ਹਾਂ ਦਾ ਵੀ ਪ੍ਰੋਗਰਾਮ ਹੋਏ ਫਤੇਗੜ ਦਾ ਜੋੜ ਮੇਲਾ ਹੁੰਦਾ ਤਾਂ ਵੀ ਇਹਨਾਂ ਦਾ ਲੰਗਰ ਲੱਗਦਾ ਹੈ ਇਹ ਮੀਆਂ ਬੀਬੀ ਦੋਨੋਂ ਪੂਰੀ ਉੱਥੇ ਸੇਵਾ ਕਰਦੇ ਨੇ ਉੱਥੇ ਹਿੱਸਾ ਵੀ ਪਾਉਂਦੇ ਨੇ ਔਰ ਗਰੀਬ ਗੁਰਗੱਬੇ ਦੀ ਵੀ ਪੂਰੀ ਮਦਦ ਕਰਦੇ ਨੇ ਤੁਸੀਂ ਕੀ ਕਹਿ ਰਹੇ ਸੀ ਕੋਈ ਜਸ ਹੈ ਹੱਥਾਂ 'ਚ ਹਾਂਜੀ ਹਾਂ ਇਹਨਾਂ ਦਾ ਤਾਂ ਜਸ ਬਹੁਤ ਹੈ ਅੱਛਾ ਸਾਡੇ ਤੇ ਪੂਰਾ ਵਿਸ਼ਵਾਸ ਹੈ ਇਹਨਾਂ 'ਤੇ ਅੱਛਾ ਹਾਂ ਪੂਰਾ ਵਿਸ਼ਵਾਸ ਹੈ ਸਾਡੇ ਜੇਰਾ ਕੋਈ ਪ੍ਰੋਬਲਮ ਹੋਇਆ ਸੀ ਉਸੇ ਟਾਈਮ ਇਹਨਾਂ ਕੋਲ ਆਉਂਦੇ ਆ ਅਸੀਂ ਇੱਕ ਵਾਰੇ ਕਰਾਉਣਾ ਸਾਡੇ ਥੈਰੇਪੀ ਮਤਲਬ ਤੁਹਾਡਾ ਮਤਲਬ ਤੁਹਾਡਾ ਜਿਹੜਾ ਗੋਲੀਆਂ ਟੀਕਿਆਂ ਤੋਂ ਉਹਨਾਂ ਨੇ ਖੜਾ ਛਡਾਇਆ ਹੋਇਆ ਉਹ ਬਿਲਕੁਲ ਛੱਡਦਾ ਹੈ ਸਭ ਕੁਝ ਇਹਨਾਂ ਦੇ ਥੈਰੇਪੀ ਨਾਲੇ ਮੈਂ ਤਾਂ ਸੈੱਟ ਹੋ ਗਈਆਂ ਜੀ ਜੀ ਔਰ ਕੀ ਕਹਿ ਰਹੇ ਸਾਡੇ ਕਿੰਨੇ ਰਿਲੇਟਿਵਸ ਪਟਿਆਲੇ ਵੀ ਰਹਿੰਦੇ ਨੇ ਅਸੀਂ ਉਹਨਾਂ ਨੂੰ ਬੁਲਾਉਂਦੇ ਹਾਂ ਸਪੈਸ਼ਲ ਇੱਥੇ ਤੇ ਉਹ ਇੱਥੇ ਆ ਕੇ ਠੀਕ ਹੋ ਗਏ ਜਾਂਦੇ ਨੇ ਪਟਿਆਲੇ ਵਰਗੇ ਸ਼ਹਿਰ ਤੋਂ ਛੱਡ ਕੇ ਅੱਛਾ ਹਾਂ ਜੀ ਬਹੁਤ ਆਉਂਦੇ ਨੇ ਸਾਡੇ ਰਿਸ਼ਤੇਦਾਰ ਮੇਰੇ ਜੇਟ ਦੀ ਲੱਤ ਖਿੱਚੀ ਗਈ ਸੀ ਇਹਨਾਂ ਦੇ ਹਸਬੰਦ ਦੀ ਦੋ ਵਾਰੀ ਨਾਲ ਕੋਲ ਥੈਰੇਪੀ ਕਰਾਈ ਹੈ ਹੁ ਐਸੀ ਕਿ ਨਿਕਲਣ ਜਿੰਨੇ ਜਾਇਜ਼ ਜਿੰਨੀ ਹੁੰਦੀ ਥੈਰੇਪੀ ਦੇ ਕੰਮ ਸੇ ਕਮ 100 150 ਤੇ ਲੱਗਣ ਗਈ ਜੇ ਜਿਆਦਾ ਦਵਾਈ ਦਵਾਈ ਹੋਵੇ ਤੇ ਹੁੰਦਾ ਇਹਨਾਂ ਦੇ ਤੇ ਆਪਣੇ ਨਿ ਮਿਨਿਮਮ ਹਨ ਇਹਨਾਂ ਨੇ ਇਤਨੀ ਫੀਸ ਵਗੈਰਾ ਨਹੀਂ ਰੱਖੀ ਹੋਈ ਕੋਈ ਜਿੰ ਪ੍ਰਾਈਵੇਟ ਆਇਆ ਡਾਕਟਰ ਕੋਲ ਜਾਓਗੇ ਤੁਸੀਂ ਪਹਿਲੇ ਉਹ ਤੁਹਾਡੇ ਕੋਲੋਂ ਫੀਸ ਲੇਗਾ ਦਵਾਈ ਉਹਨੂੰ ਬਾਅਦ ਵਿੱਚ ਲਿਖ ਕੇ ਦੇਗਾ ਇਹਨਾਂ ਦੀ ਕੋਈ ਫੀਸ ਨਹੀਂ ਹੈ ਇਹ ਆਪਣੀ ਥੈਰੇਪੀ ਕਰਦੇ ਜਿੰਨਾ ਜਾਇਜ਼ ਹੁੰਦਾ ਉਨਾਂ ਲੈਂਦੇ ਨੇ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ ਸੋ ਇੱਕ ਮਾਤਾ ਜੀ ਵੀ ਇੱਥੇ ਬੈਠੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆਂ ਮਾਤਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਸੀਂ ਹੱਸੀ ਜਾ ਰਹੇ ਹੋ ਦੇਖ ਦੇ ਕੇ ਹੋਰ ਕਿਆ ਕਰਾਂ ਹਾਸਾ ਨਾ ਜੀ ਮਾਤਾ ਡਾਕਟਰ ਸਾਹਿਬ ਨੇ ਮੈਨੂੰ ਤੁਰਨਾ ਲਾਤਾ ਜੀ ਅੱਛਾ ਹਾਂ ਮੈਂ ਤਾਂ 2 ਮਹੀਨੇ ਮੇਰੇ ਬੇਟੇ ਛੱਡ ਕੇ ਆ ਜਾਂਦੇ ਤੇ ਮੋਟਰਸਾਈਕਲ ਤੇ ਲੈ ਕੇ ਆਉਂਦੇ ਤੇ ਬਿਠਾਉਂਦੇ ਤੇ ਡਾਕਟਰ ਸਾਹਿਬ ਅੰਦਰੋਂ ਮੈਨੂੰ ਚੱਕਦਾ ਤਾਂ ਬਿਠਾਉਂਦਾ ਤਾਂ ਅੰਦਰ ਪਾਉਂਦਾ ਤਾਂ ਤਾਰ ਦాతਾ ਅੱਛਾ ਜਾਂ ਆ ਕੇ ਮੁੰਡਿਆਂ ਨੇ ਮੋਟਰਸਾਈਕਲ ਤੇ ਸੀਟੀ ਮਾਰਨੀ ਇਹਨੇ ਜਿਹੜੇ ਡਰ ਸਾਡੇ ਮੂਰੇ ਨਿਕਲਣਾ ਵੀ ਆ ਰਹੇ ਆ ਅੱਛਾ ਤੁਹਾਨੂੰ ਆਪ ਬਾਹਰੋਂ ਲੈ ਕੇ ਆਉਂਦੇ ਬਾਹਰੋਂ ਆਪ ਲੈ ਕੇ ਆਉਂਦੇ ਤੇ ਅੱਜ ਇਸੇ ਖੁਸ਼ੀ ਦੇ ਵਿੱਚ ਮੈਂ ਡੱਬਾ ਮੂੰਹ ਮਿੱਠਾ ਕਰਾਉਣ ਆਈ ਆ ਹਾਂ ਮੈਂ ਕਿਉਂ ਆਇਆ ਨਾ ਵੀ ਮੈਂ ਹੁਣ ਆਪਣੇ ਆਪ ਤੁਰਨ ਲੱਗ ਗਈ ਨੇ 2 ਮਹੀਨੇ ਮੈਂ ਮੈਨੂੰ ਲੈ ਕੇ ਆਉਂਦੇ ਤੇ ਮੋਟਰਸਾਈਕਲ ਤੇ ਕਿਸੇ ਨੇ ਛੱਡ ਜਾਣਾ ਕਿਸੇ ਨੇ ਲੈ ਕੇ ਜਾਣਾ ਕਹੀ ਗਿਲਾ ਡਾਕਟਰ ਸਾਹਿਬ ਆਪ ਵੀ ਗੱਡੀ ਛੱਡ ਕੇ ਆਇਆ ਅੱਛਾ ਆਪਣੇ ਸਾਰਾ ਕੰਮ ਵਿੱਚ ਛੱਡ ਕੇ ਹਾਂ ਮੈਨੂੰ ਆਪ ਵੀ ਛੱਡ ਕੇ ਆਇਆ ਔਰ ਮੋਟਰਸਾਈਕਲ ਤੇ ਵੀ ਛੱਡ ਕੇ ਆਇਆ ਮੈਨੂੰ ਆਪ ਮਤਲਬ ਜਿਹੜਾ ਤੁਹਾਡਾ ਕਿੰਨੀ ਕੁ ਵਾਰ ਫਿਰ ਤੁਸੀਂ ਇੱਥੇ ਤੋਂ ਕਿੰਨੀ ਕੁ ਵਾਰ ਆਉਣਾ ਜਾਣਾ ਹੋਇਆ ਇੱਥੇ ਇਹਨਾਂ ਦੇ ਮੈਨੂੰ ਤਾਂ ਜੀ ਇਹਨਾਂ ਕੋਲ ਹੋ ਗਿਆ ਉਹਨੂੰ ਸਮਝ ਹੁਣ ਤਾਂ ਇਸ ਟਾਈਮ ਮੇਰੇ ਘਰ ਵਾਲਾ ਕੰਮ ਹੋ ਗਿਆ ਮੈਂ ਤਾਂ ਉਹ ਆਉਂਦੀ ਨੂੰ 6ਵਾਂ ਮਹੀਨਾ ਹੋ ਗਿਆ ਨਾ ਕੌਣਦੀ ਨੂੰ ਹਾਂ ਹੁਣ ਵੀ ਵਾਜੇ ਕਰਾਉਣੀ ਆ ਮਾ ਆਜ ਨੇ ਚੌਥੇ ਪੰਜਵੇਂ ਦਿਨ ਆ ਜਨੇ ਮਾੜਾ ਮੋਟਾ ਥੈਰੇਪੀ ਕਰਾ ਜਨੇ ਆ ਕੋਈ ਨੇ ਮੇਰੇ ਤੇ ਨਾ ਕਿਸੇ ਇਹਨਾਂ ਨੇ ਕਦੇ ਪੈਸਾ ਅੜਕੇ ਨਹੀਂ ਲੱਤਾ ਹੈਗਾ ਕਦੇ ਉਹ ਨਹੀਂ ਕਰਬ ਆਪਣੀ ਖੁਸ਼ੀ ਤੇ ਦੇ ਜਮਾ ਚਾਹੇ ਨਾ ਦੇ ਜਮਾ ਇਹਨਾਂ ਨੇ ਮੈਨੂੰ ਇਹ ਵੀ ਕਿਹਾ ਵੀ ਮਾਤਾ ਮੈਨੂੰ ਪੈਸੇ ਐਨੇ ਲੈਣੇ ਐਨੇ ਲੈਣੇ ਇਹਨਾਂ ਨੇ ਇਹ ਵੀ ਮੈਨੂੰ ਕਿਹਾ ਕਦੇ ਵੀ ਜੀ ਤੁਹਾਨੂੰ ਤਕਲੀਫ ਕੀ ਹੋਈ ਸੀ ਮੈਨੂੰ ਡਸਰ ਮੈਨੂੰ ਨਾ ਪਹਿਲਾਂ ਬਿਮਾਰ ਹੋ ਗਈ ਸੀ ਮੈਨੂੰ ਕਰੋਨਾ ਹੋ ਗਿਆ ਸੀ ਕਰੋਨਾ ਮੈਂ ਮਹੀਨਾ ਪਈ ਰਹੀ ਮੈਂ ਤਾਂ ਦਵਾਈਆਂ ਖਾਧੀਆਂ ਠੀਕ ਹੋ ਗਈ ਉਹ ਮੇਰਾ ਕਰੋਨਾ ਦੇ ਨਾਲ ਮੇਰਾ ਸਰੀਰ ਜਕੜੇ ਗਿਆ ਉੱਠਣ ਤੇ ਰਹਿ ਗਿਆ ਉਠਣ ਦੇ ਫਿਰ ਮੈਂ ਕਿਸੇ ਡਾਕਟਰ ਕੋਲ ਦਿਖਾਇਆ ਉਹਨਾਂ ਨੇ ਮੇਰੇ ਐਸਰੇਲ ਤੇ ਉਹਦੇ ਚ ਮੇਰੇ ਪੰਜ ਮਣਕੇ ਹਿੱਲੇ ਆ ਗਏ ਤਿੰਨੇ ਦਵੇ ਵੇ ਆ ਗਏ ਦੋ ਮੇਰੇ ਸਾਈਡ ਤੇ ਟਿੱਡੇ ਹੋਏ ਆ ਗਏ ਫਿਰ ਉਹ ਮੇਰੇ ਮਣਕੇ ਇਹਨੇ ਡਰਸ ਆ ਉਹਨੇ ਫਿਰ ਮੇਰੇ ਮਣਕੇ ਡਰਸ ਆ ਉਹਨੇ ਸੈੱਟ ਕਰਿਆ ਹੁਣ ਹੁਣ ਮੇਰੇ ਮਣਕੇ ਹੋ ਗਏ ਸੈਟ ਹੱਡੀ ਮੇਰੀ ਗੋਡੇ ਦੀ ਪੂਰੀ ਹੋਈ ਹਾਲੇ ਇਹ ਹੌਲੀ ਹੌਲੀ ਪਰੂਗੀ ਇੱਕ ਦੋ ਮਰੇ ਚੂਲੇ ਦੇ ਮਣਕੇ ਭਰੇ ਪਿਆ ਅੱਛਾ ਹਾਂ ਮਤਲਬ ਜਿਹੜੇ ਮਣਕੇ ਤੁਹਾਡੇ ਹੈ ਨਹੀਂ ਉਹਦੇ باوجود ਹੁਣ ਤੁਹਾਨੂੰ ਕੋਈ ਤਕਲੀਫ ਕੋਈ ਦੁੱਖ ਉਹਨਾਂ ਨੇ ਮੈਨੂੰ ਕੋਈ ਤਰੀਕ ਨਹੀਂ ਉਹ ਮੇਰੇ ਠੀਕ ਆ ਮਣਕੇ ਅੱਛਾ ਮਣਕੇ ਮੇਰੇ ਬਿਲਕੁਲ ਠੀਕ ਆ ਅੱਜ ਇਸੇ ਖੁਸ਼ੀ ਦੀ ਮਾਰੇ ਮੈਂ ਡੱਬਾ ਮੈਂ ਮਿੱਠਾ ਕਰਾਉਣਾ ਆ ਚਲੋ ਫਿਰ ਆਪਾਂ ਮੂੰਹ ਮਿੱਠਾ ਕਰਦੇ ਆ ਲਓ ਜੀ ਇੱਥੇ ਮਾਤਾ ਜੀ ਨੇ ਜਿਹੜੇ ਆਏ ਹੋਏ ਨੇ ਇਹ ਕਹਿੰਦੇ ਵੀ ਬਿਲਕੁਲ ਠੀਕ ਆ ਅਸੀਂ ਜਿਹੜੀ ਦੁੱਖ ਤਕਲੀਫ ਸੀ ਉਹ ਘਟ ਗਈ ਇੱਥੇ ਡੱਬਾ ਲੈ ਕੇ ਆਏ ਨੇ ਮਾਤਾ ਜੀ ਆਓ ਫਿਰ ਆਪਾਂ ਡਾਕਟਰ ਸਾਹਿਬ ਨੂੰ ਜਿਹੜਾ ਮੂੰਹ ਮਿਠਾ ਉਹ ਕਰਵਾਈਏ ਤਸਵੀਰਾਂ ਤੁਸੀਂ ਦੇਖੋ ਕਿਸੇ ਵੇਲੇ ਇਹਨਾਂ ਨੂੰ ਇਹ ਕਹਿੰਦੇ ਨੇ ਮਾਤਾ ਜੀ ਖੁਦ ਮੰਨਦੇ ਨੇ ਕਿ ਇਹਨਾਂ ਦੇ ਬੇਟੇ ਇਹਨਾਂ ਨੂੰ ਲੈ ਕੇ ਆਉਂਦੇ ਰਹੇ ਨੇ ਇਹਨਾਂ ਦੇ ਘਰ ਦੇ ਇਹਨਾਂ ਨੂੰ ਆ ਕੇ ਲੈ ਕੇ ਆਂਦੇ ਰਹੇ ਨੇ ਡਾਕਟਰ ਸਾਹਿਬ ਇੱਥੇ ਤੇ ਇਹ ਮਰੀਜ਼ ਤੁਹਾਨੂੰ ਜਿਹੜਾ ਮੂੰਹ ਮਿਠਾ ਕਰਵਾਉਣ ਆਏ ਨੇ ਮਾਤਾ ਜੀ ਬਾਰੇ ਸਾਨੂੰ ਦੱਸਿਓ ਵੀ ਇਹਨਾਂ ਨੂੰ ਕੀ ਤਕਲੀਫ ਸੀ ਕੀ ਦਿੱਕਤ ਸੀ ਕੀ ਪਰੇਸ਼ਾਨੀ ਸੀ ਦੇਖੋ ਜਿਹੜਾ ਥੈਰੇਪੀ ਵੀ ਨਾਲ-ਨਾਲ ਇੱਥੇ ਦੇ ਰਹੇ ਨੇ ਤਾਂ ਇਹ ਦਾ ਮੇਰੇ ਮਾਤਾ ਜੀ ਨੇ ਜੀ ਇਹ ਮੇਰੇ ਮਾਂ ਨੇ ਸੱਚੀ ਮੇਰੇ ਮਾਂ ਨੇ ਜਦ ਇਹ ਨਾ ਟਾਈਮ ਹੋ ਗਿਆ ਇਹਨਾਂ ਨੂੰ ਆਉਦੇ ਹੋਏ ਨੂੰ ਇਹ ਮੈਥੋਂ ਦੇਖੇ ਨਹੀਂ ਗਿਆ ਕਿ ਇਹਨਾਂ ਦਾ ਜੋ ਹੈ ਕਿ ਮਤਲਬ ਕੀ ਤੋਂ ਤੁਰੇ ਨਹੀਂ ਜਾ ਰਹਾ ਸੀ ਕੀ ਤਕਲੀਫ ਕੀ ਹੋਈ ਇਹਨਾਂ ਨੂੰ ਪਤਾ ਹੀ ਤੁਹਾਡੀ ਅੱਖਾਂ ਚ ਹੰਝੂ ਉਹ ਜਿਉ ਆ ਰਹੇ ਜੇ ਮੇਰੇ ਮੁੰਡੇ ਨੇ ਮੈਨੂੰ ਤੁਰਨ ਲਈ ਲਾਤਾ ਮੈਂ ਇੰਨੀ ਖੁਸ਼ੀ ਬਹੁਤ ਆ ਮੇਰੇ ਮੁੰਡੇ ਨੇ ਮੈਨੂੰ ਤੁਰਨ ਲਈ ਮੈਂ ਇਹ ਸੀ ਵੀ ਮੈਂ ਤੁਰ ਨਹੀਂ ਸਕਦੀ ਵੀ ਮੈਨੂੰ ਕੋਈ ਪੁੱਛਣ ਵਾਲਾ ਵੀ ਹੈ ਨਹੀਂ ਸੀ ਵੀ ਮੇਰੇ ਬੇਟੇ ਤਿੰਨਾਂ ਬਾਹਰ ਰਹ ਰਹੇ ਆ ਹਾਂਜੀ ਚਲ ਤੇ ਫਿਰ ਉਸੇ ਖੁਸ਼ੀ ਚ ਤੁਸੀਂ ਅੱਜ ਇਹ ਮੂੰਹ ਮਠਾ ਕੇ ਹਮ ਐਸੀ ਖੁਸ਼ੀ ਚ ਚਲੋ ਤੁਸੀਂ ਅੱਖਾਂ ਚ ਪਾਣੀ ਨਾਲ ਕੱਢੋ ਇਹ ਕਹਿੰਦੇ ਜੀ ਤੁਹਾਡੇ ਤੁਹਾਡਾ ਮੁੰਡਿਆਂ ਵਰਗੇ ਹੀ ਐ ਵੀ ਤੇ ਤੇ ਆਪਣੀ ਮਾਂ ਸਮਝਿਆ ਮੈਂ ਇਹਦੇ ਮਾਂ ਸਮਝਿਆ ਮੇਰਾ ਇਹ ਬੇਟਾ ਹੈ ਅਸੀਂ ਮੈਂ ਤਾਂ ਆਪਣਾ ਬੇਟਾ ਪਣਾ ਕੇ ਰੱਖਣਾ ਜੀ 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 ਅੱਛਾ ਹੋਰ ਇਹਨਾਂ ਨੂੰ ਤਕਲੀਫ ਕੀ ਸੀ ਇਹਨਾਂ ਦੇ ਨਾ ਦੋਨਾਂ ਲੈਗਸ ਪੇਨ تھی ਬਹੁਤ ਜ਼ਿਆਦਾ ਔਰ ਇਹਨਾਂ ਦੇ ਸੁਣ ਲੱਤਾ ਉਹ ਸੁਣ ਰਹੇ ਹੁੰਦੇ ਸੀ ਔਰ ਇਹਨਾਂ ਨੂੰ ਚੱਲਣ ਫਿਰਨ ਚ ਬੜੀ ਪ੍ਰੋਬਲਮ ਆ ਰਹੀ ਸੀ ਇਹਨਾਂ ਨੂੰ ਫਿਰ ਇਹਨਾਂ ਦੇ ਲਗਾਤਾਰ ਸਾਨੇ ਪਹਿਲਾਂ ਲਗਾਤਾਰ ਥੈਰੇਪੀ ਕੀਤੀ ਫਿਰ ਕੁਝ ਦਿਨ ਪਾ ਕੇ ਕੀਤੀ ਹੁਣ ਇਹਨਾਂ ਦਾ ਜਦ ਜੀ ਕੱਲ ਜਦ ਆ ਕੇ ਥੈਰੇਪੀ ਕਰਾਣਾ ਤੇ ਫਿਜ਼ੀਓਥੈਰੇਪਿਸਟ ਨੇ ਉਹਨਾਂ ਦਾ ਜਿਹੜਾ ਮੂੰਹ ਹੈ ਉਹ ਮਿੱਠਾ ਕਰਵਾ ਰਹੇ ਨੇ ਕਹਿੰਦੇ ਜੀ ਹੁਣ ਬਿਲਕੁਲ ਠੀਕ ਨੇ ਤੇ ਲਓ ਜੀ ਇਧਰ ਵੀ ਲਾਓ ਮਾਤਾ ਜੀ ਨੇ ਸਾਡ ਨੂੰ ਵੀ ਜਿਹੜੀ ਤਾਜ਼ੀ ਤਾਜ਼ੀ ਰਸਪਰੀ ਹੈ ਉਹ ਖਵਾਈ ਹੈ ਬਤਾਈ ਤੱਕੇ ਨਾਲੇ ਤੁਸੀਂ ਮੂੰਹ ਚ ਪਈ ਜਾਦੇ ਹੋ ਹਾਂ ਖੁਸ਼ੀ ਤਾਂ ਲੈਣੀ ਹੈ ਜੀ ਖੁਸ਼ੀ ਤਾਂ ਨਹੀਂ ਚਾਹੀਦੀ ਆ ਸੋ ਇਹ ਜਿਹੜੀਆਂ ਤਸਵੀਰਾਂ ਨੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਹ ਲਾਈਵ ਤਸਵੀਰਾਂ ਸੀ ਮਾਤਾ ਜੀ ਨੇ ਸਾਡਾ ਵੀ ਜਿਹੜਾ ਮੂੰਹ ਮਿੱਠਾ ਕਰਾਇਆ ਇੰਨੀ ਖੁਸ਼ ਨੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਤਿੰਨੋਂ ਬੇਟੇ ਬਾਹਰ ਨੇ ਤੇ ਪੁੱਤਾ ਵਾਂਗੇ ਇਹਨਾਂ ਨੇ ਜਿਹੜਾ ਹਾਰੂਨ ਸਾਹਿਬ ਨੇ ਉਹਨਾਂ ਦਾ ਇਲਾਜ ਕੀਤਾ ਹੈ ਤੁਹਾਡਾ ਕੀ ਨਾਮ ਹੈ ਜੀ ਰਾਮ ਪ੍ਰਿੰਸਾ ਜੀ ਅੱਛਾ ਪ੍ਰਿੰਸ ਸਾਹਿਬ ਤੁਸੀਂ ਇੱਥੇ ਕਿਵੇਂ ਮੈਂ ਥੋੜਾ ਜਿਆਦਾ ਇੱਕਦਾਂ ਲੱਤਾਂ 'ਚ ਦਰਦ ਹੈ ਜੀ ਅੱਛਾ ਜੀ ਕੋਈ ਸੈਰ ਕਰ ਲਈ ਜਿਆਦਾ ਜਦ ਮਤਲਬ ਸੈਰ ਜ਼ਿਆਦਾ ਕਰ ਲਈ ਸੈਰ ਜ਼ਿਆਦਾ ਇਹਨਾਂ ਵੀ ਸਰਦੀ ਜਿ ਆਪਾਂ ਬੰਦ ਕਰ ਦਿੰਨੇ ਜੀ ਹੁਣ ਦੁਬਾਰਾ ਸ਼ੁਰੂ ਕੀਤੀ ਹੈ ਤਾਂ ਫਿਰ ਘਟੋੜ 15-20 ਫਿਰ ਡਾਕਟਰ ਸਾਹਿਬ ਥੈਰੇਪੀ ਚੱਲੂਗੀ ਉਸ ਤੋਂ ਬਾਅਦ ਸੈਟਿੰਗ ਆ ਜੂਗੀ ਕੋਸਹਿਰ ਨਹੀਂ ਬੰਦ ਕਰਦੇ ਥੈਰੇਪੀ ਵਜ਼ਨ ਜ਼ਿਆਦਾ ਹੋਣ ਕਰਕੇ ਤਾਂ ਨਹੀਂ ਕਿਤੇ ਲੱਤਾਂ ਦਰਦ ਕਰਦੀ ਨਹੀਂ ਨਹੀਂ ਉਸਹਿਰ ਦੁਆਰਾ ਨਾ ਛੱਡੀ ਵੀ ਹੁੰਦੁਆਰਾ ਸ਼ੁਰੂ ਕੀਤੀ ਹੈ ਅੱਛਾ ਕਿੰਨੇ ਸਮੇਂ ਤੋਂ ਤੁਸੀਂ ਇੱਥੇ ਇਹਨਾਂ ਕੋਲ ਹੋ ਇਹ ਸਾਡੇ ਪਰਿਵਾਰ ਦੇ ਇੱਕ ਦੋ ਨਾ ਮੈਂਬਰ ਹੀ ਬਣੇ ਬਣੇ ਜੀ ਸੋ ਇਹ ਇਹ ਤਸਵੀਰਾਂ ਨੇ ਮਾਤਾ ਜੀ ਸਾਰੇ ਕਿਤੇ ਡੱਬਾ ਹੈ ਜਿਹੜਾ ਮਠਾਈ ਦਾ ਉਹ ਘੁਮਾਰੇ ਨੇ ਮਾਤਾ ਜੀ ਦੇਖਿਓ ਕਿਤੇ ਨੂੰ ਸ਼ੂਗਰ ਨਾ ਹੋਵੇ ਸਾਰੇ ਨੂੰ ਖੁਲਾਇ ਦੇ ਤੁਹਾਨੂੰ ਤਾਂ ਨਹੀਂ ਹੋ ਹੈਗੇ ਜੀ ਕੋਈ ਨਾ ਸ਼ੂਗਰ ਨਹੀਂ ਹੁੰਦੀ ਹੈ ਕਿ ਦੱਸ ਸਕਦੇ ਘਰੇ ਜੀ 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 ਸੋ ਇਹ ਤਸਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਆ ਇੱਥੇ ਲਾਈਵ ਤਸਵੀਰਾਂ ਨੇ ਹਕੀਕਤ ਟੀਵੀ ਪੰਜਾਬੀ ਦੇ ਉੱਤੇ ਸਾਰਿਆਂ ਨੂੰ ਜਿਹੜਾ ਮਾਤਾ ਜੀ ਉਹ ਮੂੰਹ ਹੈ ਮਿੱਠਾ ਇੱਥੇ ਉਹ ਕਰਵਾ ਰਹੇ ਨੇ ਬਹੁਤ ਬਹੁਤ ਸ਼ੁਕਰੀਆ ਮਾਤਾ ਜੀ ਅਸੀਂ ਤਾਂ ਇਹੋ ਅਰਦਾਸ ਪ੍ਰਮਾਤਮਾ ਅੱਗੇ ਕਰਦੇ ਆ ਕਿ ਤੁਹਾਨੂੰ ਹੁਣ ਇੱਥੇ ਆਉਣ ਦੀ ਲੋੜ ਹੀ ਨਾ ਪਵੇ ਤੁਸੀਂ ਆਓ ਤਾਂ ਆਪਣੇ ਬੇਟੇ ਵਾਂਗੂ ਮਿਲਣ ਆਓ ਬਹੁਤ ਠੀਕ ਹੈ ਜੀ ਠੀਕ ਹੈ ਇਸ ਤਰ੍ਹਾਂ ਹੀ ਵਸੇ ਮਿਲਣਾ ਚਾਹੀਦਾ ਤੁਸੀਂ ਇਸ ਤਰ੍ਹਾਂ ਹੀ ਦੁਆ ਕਰਨੀ ਹੈ ਜੀ ਜੀ ਮੇਰੇ ਲਈ ਬਹੁਤ ਸ਼ੁਕਰੀਆ ਤੁਹਾਡੀ ਮਾਂ ਐਕਸਲੈਂਟ ਟਾਈਮ ਤੁਹਾਡੀ ਮਾਂ ਹੈ ਜੀ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਥੈਂਕ ਯੂ ਸੋ ਇਹ ਜਿਹੜੀਆਂ ਗੱਲਬਾਤ ਹੈਗੀ ਤੁਹਾਨੂੰ ਅਸੀਂ ਸੁਣਵਾ ਰਹੇ ਹਾਂ ਕੁਝ ਕੁ ਹੋਰ ਲੋਕ ਵੀ ਨੇ ਜਿਹੜੇ ਇੱਥੇ ਬੈਠੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਉਹ ਕਿਸ ਤਰੀਕੇ ਨਾਲ ਕਿਹੜੀ ਕਿਹੜੀ ਬਿਮਾਰੀ ਤੋਂ ਕਿਸ ਤਰੀਕੇ ਨਾਲ ਕਿਹੜੇ ਦਰਦਾਂ ਤੋਂ ਪੀੜਤ ਸੀ ਅਸੀਂ ਗੱਲਬਾਤ ਕਰ ਲੰਨੇ ਆ ਕੀ ਨਾਮ ਹੈ ਜੀ ਤੁਹਾਡਾ ਵਰਦੀਪ ਕੌਰ ਜੀ ਅੱਛਾ ਤੁਸੀਂ ਇੱਥੇ ਕਿਵੇਂ ਜੀ ਮੇਰੀ ਪਹਿਲਾਂ ਤਾਂ ਢੂਹੀ ਚ ਦਰਦ ਰਹਿੰਦਾ ਸੀ ਅੱਛਾ ਜੀ ਉਹ ਠੀਕ ਹੋ ਗਿਆ ਹੱਥ ਪੈਰ ਸੁੰਨ ਹੁੰਦੇ ਸੀ ਉਹ ਵੀ ਠੀਕ ਹੋ ਗਏ ਹੁਣ ਥੋੜੀ ਜਿਹੀ ਲੱਤਾਂ ਦੀ ਥੈਰੇਪੀ ਕਰਾਉਣਾ ਨੂੰ ਹੁੰਦੀ ਆ ਬੋਟੀਤੀ ਉਹਨੂੰ ਸਰਵਾਈਕਲ ਸੀ ਉਹ ਐਨ ਠੀਕ ਹੋ ਗਿਆ ਅੱਛਾ ਬੋਟੀ ਨੂੰ ਸਰਵਾਈਕਲ ਸੀ ਮਤਲਬ ਤੁਹਾਡੀ ਨੂ ਨੂੰ ਨਹੀਂ ਨੋ ਨੋ ਸਰਵਾਈਕਲ ਆ ਬਾਹ ਸੁੱਜ ਜਾਂਦੀ ਸੀ ਜੀ ਗਰਦਨ ਸੁੱਜ ਜਾਂਦੀ ਸੀ ਜੇ ਕੋਈ ਕੰਮ ਕਰ ਦਿੱਤੀ ਫਿਰ ਉਹਦੇ ਨਾਲ ਹੁਣ ਥੈਰੇਪੀ ਨਾਲ ਠੀਕ ਹੈ ਕਿੰਨੇ ਟਾਈਮ ਤੋਂ ਪ੍ਰੋਬਲਮ ਸੀ ਤੁਹਾਡੀਆਂ ਨੂਆਂ ਨੂੰ ਉਹਨੂੰ ਜੀ ਸਾਲਕ ਤੋਂ ਸੀ ਪਰ ਹੁਣ ਠੀਕ ਹੈ ਹੁਣ ਠੀਕ ਨੇ ਫਿਰ ਇ ਇਥੇ ਕਿਵੇਂ ਕੀ ਕਹੋਗੇ ਜਿਹੜੇ ਇਥੇ ਫਿਜ਼ੀਓਥੈਰੇਪਿਸਟ ਤੋਂ ਵਧੀਆ ਜੀ ਇਥੇ ਅਸੀਂ ਆਉਂਨੇ ਆ ਤਾਂ ਸਾਡਾ ਪਿਆਰ ਨਾਲ ਸਾਰੇ ਨਾਲ ਡੀਲਿੰਗ ਕਰਦੇ ਨੇ ਕਿੰਨੇ ਟਾਈਮ ਹੋ ਗਿਆ ਤੁਹਾਨੂੰ ਆਉਂਦੇ ਸਾਨੂੰ ਤਾਂ ਜੀ ਹੋ ਗਏ 2 ਸਾਲ ਹੋ ਗਏ ਹਾਂਗੇ ਡੇਢ ਮੈਂ ਜਦੋਂ ਮੇਰੇ ਧਨੀ ਤੋਂ ਪਹਿਲਾ ਵਾਲਾ ਕੁਝ ਦੁਖਦਾ ਸੀ ਹੁਣ ਮੇਰੀ ਲੱਤਾਂ ਦੀ ਹੈ ਜਾਜੀ ਕਰਦਾ ਮੈਂ ਕਰਵਾ ਜਾਨੀ ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਸੋ ਇਹ ਤਸਵੀਰਾਂ ਨੇ ਹੁਣ ਤੁਹਾਨੂੰ ਅਸੀਂ ਉਹ ਥੈਰੇਪੀ ਇਹ ਸੈਂਟਰ ਹੈ ਜਿਹੜਾ ਜਿਹੜਾ ਰੂਮ ਹੈਗਾ ਥੈਰੇਪੀ ਵਾਲਾ ਤੁਹਾਨੂੰ ਉਹਦੀਆਂ ਅਸੀਂ ਤਸਵੀਰਾਂ ਦਿਖਾ ਦਿੰਨੇ ਆ ਇਹ ਤਸਵੀਰਾਂ ਨੇ ਦੇਖੋ ਤੁਸੀਂ ਇੱਥੇ ਜਿਹੜਾ ਨਾ ਤਾਂ ਕਿਸੇ ਤਰ੍ਹਾਂ ਦਾ ਕੋਈ ਆਪਰੇਸ਼ਨ ਹੁੰਦਾ ਨਾ ਕਿਸੇ ਤਰ੍ਹਾਂ ਦਾ ਕੋਈ ਪਲਸਟਰ ਹੁੰਦਾ ਜਿਹੜੇ ਦਰਦਾਂ ਤੋਂ ਨਜਾਤ ਹੈਗੀ ਐ ਜਿਹੜੀ ਇੱਥੇ ਫਿਜ਼ੀਓਥੈਰੇਪਿਸਟ ਹਾਰੂਨ ਨੇ ਜਿਹੜੇ ਉਹ ਇੱਥੇ ਕਰ ਰਹੇ ਨੇ ਛੋਟੇ ਛੋਟੇ ਔਜ਼ਾਰ ਨੇ ਛੋਟੇ ਛੋਟੇ ਪੁਰਜ਼ੇ ਨੇ ਇਹ ਇਹ ਕੀ ਹੈ ਜੀ ਇਹ ਬੰਦੂਕ ਬੰਦੂਕ ਵਾਂਗੂ ਹੈ ਜੀ ਇਹ ਤੇ ਇਹਨੂੰ ਗਨ ਕਹਿੰਦੇ ਨੇ ਜੀ ਔਰ ਇਹ ਕੋਈ ਨਾ ਸਪਰੈਸ ਹੋਈ ਹੋਵੇ ਔਰ ਰਿਲੈਕਸ ਕਰਨ ਵਾਸਤੇ ਹੈ ਜਿਵੇਂ ਕਿ ਆਪਾਂ ਦੇਖੋ ਇਹਨਾਂ ਦੇ ਉੱਤੇ ਲਾਦੇ ਆ ਇਹਨਾਂ ਨੂੰ ਬੜਾ ਰਿਲੀਫ ਮਹਿਸੂਸ ਹੁੰਦਾ ਬਹੁਤ ਜ਼ਿਆਦਾ ਪੂਰੇ ਸਰੀਰ ਦੀ ਯਾਨੀ ਕਿ ਪੂਰੇ ਦਿਨ ਦੀ ਥਕਾਵਟ ਇਹਦੇ ਨਾਲ ਉਤਰ ਜਾਂਦੀ ਹੈ ਇਹਦਾ ਮੈਂ ਕਹਿੰਦਾ ਕਿ ਇਹ ਪੇਸ਼ਾਂ ਨੂੰ ਚਾਹੀਦੀ ਇਹਨਾਂ ਨੂੰ ਕੀ ਦਿੱਕਤ ਹੈ ਇਹ ਕਰ ਇਹਨਾਂ ਨੂੰ ਨਾ ਸਾਰੇ ਸਟੇਜ 'ਚ ਹਲਕੇ ਹਲਕੇ ਮਤਲਬ ਕਿ ਜ਼ਿਆਦਾ ਕੰਮ ਕਰਨ ਨਾਲ ਇਹਨਾਂ ਦੇ ਹਲਕੇ ਆ ਜਿਹੜੇ ਪੇਨ ਲਾਹ ਜੀ ਜਾਂਦੇ ਆ ਅੱਜ ਜਿਆਦਾ ਪੇਨ ਆਉਂਦਾ ਰਹਿੰਦਾ ਇਹਨਾਂ ਦੇ ਔਰ ਸਰੀਰ ਦੇ ਵਿੱਚ ਸੁਸਤੀ ਪਈ ਰਹਿੰਦੀ ਮਤਲਬ ਕਿ ਜਿਵੇਂ ਕਿ ਲੱਗਦਾ ਇਹਨਾਂ ਦਾ ਸੁਣ ਬਣਾਇਆ ਮਹਿਸੂਸ ਹੁੰਦਾ ਥਾ ਇਹਨਾਂ ਨੂੰ ਔਰ ਇਹਨਾਂ ਦੇ ਹੁਣ ਬਿਲਕੁਲ ਠੀਕ ਨੇ ਓਕੇ ਨੇ ਇਹ ਆਪਣੇ ਨਾਲੇ ਪਿੰਡ ਆ ਬਦੋਸ਼ੀ ਕਲਾਂ ਉੱਥੇ ਦੇ ਨੇ ਹਾਂਜੀ ਇਹ ਸੋ ਕੀ ਨਾਂ ਜੀ ਤੁਹਾਡਾ ਆਪਣਾ ਨਾਮ ਹਾਨੀ ਸ਼ਰਮਈ ਅੱਛਾ ਸ਼ਰਮਾ ਜੀ ਤੁਸੀਂ ਫਿਰ ਇੱਥੇ ਇਹਨਾਂ ਨੂੰ ਕਿਵੇਂ ਇਹਨਾਂ ਕੋਲ ਇਹਨਾਂ ਦੇ ਮੇਰੇ ਸਰੀਰ ਦੇ ਵਿੱਚ ਜਦੋਂ ਜਦੋਂ ਜ਼ਿਆਦਾ ਕੰਮ ਕਰ ਲੈਂਦੇ ਸੀਗੇ ਤਾਂ ਉਦੋਂ ਪੇਨ ਰਹਿੰਦੀ ਸੀ ਜਿਦਾਂ ਸੁੰਨ ਜਾ ਹੋ ਜਾਂਦਾ ਸੀ ਸਰੀਰ ਕਦਾਂ ਕੰਮ ਕਰਦੇ ਤੁਸੀਂ ਆਪਣੀ ਆਟਾ ਚੱਕੀ ਹੈ ਜੀ ਅੱਛਾ ਆਟਾ ਚੱਕੀ ਹੈ ਹਾਂ ਜੀ ਤੇ ਸਾਡੇ ਬਹਿਤ ਤੇ ਨੇੜੇ ਨੇ ਸਾਡੇ ਪਿੰਡ ਬਦੋਸ਼ੀ ਕਲਾਂ ਤੋਂ ਬਹੁਤ ਸਾਰੇ ਪੇਸ਼ੈਂਟ ਇਹਨਾਂ ਕੋਲੇ ਆਂਦੇ ਨੇ ਤੇ ਉਹਨਾਂ ਨੂੰ ਪਤਾ ਲੱਗਿਆ ਸੀ ਬਿਲਕੁਲ ਤੰਦਰੁਸਤ ਹੋ ਜਾਂਦੇ ਨੇ ਤੇ ਮੈਂ 10-15 ਦਿਨ ਤੋਂ ਆਣ ਲੱਗਿਆ ਬਹੁਤ ਵਧੀਆ ਅੱਛਾ ਫਰਕ ਹੈਗਾ ਬਹੁਤ ਫਰਕ ਆ ਜੀ 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 ਸੋ ਇਹ ਤੁਸੀਂ ਦੇਖੋ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਆ ਕਿਸ ਤਰੀਕੇ ਨਾਲ ਜਿਹੜਾ ਇੱਥੇ ਬਗੈਰ ਕਿਸੇ ਟੀਕਿਆਂ ਤੋਂ ਬਿਨਾਂ ਦਵਾਈ ਤੋਂ ਬਿਨਾਂ ਆਪਰੇਸ਼ਨ ਤੋਂ ਬਿਨਾਂ ਪਲੱਸਟਰ ਤੋਂ ਜਿਹੜੇ ਲੱਤਾਂ ਬਾਹਾਂ ਦਾ ਦਰਦ ਹੈਗਾ ਜਿਹੜਾ ਉਹ ਦੂਰ ਕੀਤਾ ਜਾਂਦਾ ਇੱਕ ਹੋਰ ਜਿਹੜੇ ਪੇਸ਼ੈਂਟ ਇੱਥੇ ਹੈਗੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਜੀ ਤੁਹਾਡਾ ਮੇਰਾ ਨਾਮ ਸੁਖਦੇਵ ਸ਼ਰਮਾ ਜੀ ਅੱਛਾ ਜੀ ਸ਼ਰਮਾ ਜੀ ਤੁਸੀਂ ਇੱਥੇ ਜੀ ਮੈਂ ਪਿਛਲੇ 2008 ਤੋਂ ਇਹਨਾਂ ਨਾਲ ਜੁੜਿਆ ਮੈਂ ਕਿਉਂਕਿ 2008 'ਚ ਮੈਂ ਬਾਹਰ ਕੰਮ ਕਰਦਾ ਸੀ ਮਾਂਚਲੇ 'ਚ ਮੇਰੇ ਕੋਲ ਮੇਰਾ ਸਰੀਰ ਜੁੜ ਗਿਆ ਸੀ ਸਰੀਰ ਮਤਲਬ ਜੁੜ ਗਿਆ ਸੀ ਟੁੱਟ ਮਤਲਬ ਜੁੜ ਗਿਆ ਮੈਂ ਚੱਲਿਆ ਨਹੀਂ ਸੀ ਜਾਂਦਾ ਤੁਸੀਂ ਬੈਠ ਸਕਦੇ ਹੋਈ ਸੀ ਹਾਂ ਮੈਂ ਜੀ ਫਿਰ ਆਪਾਂ ਬਹਿ ਕੇ ਗੱਲ ਕਰ ਲੈਂਦੇ ਆ ਸੋ ਇਹ ਉਸ ਤੋਂ ਬਾਅਦ ਰੀਸੈਂਟਲੀ 15 ਕਿ ਦਿਨ ਤੋਂ ਮੇਰੇ ਸਰੀਰ ਵਿੱਚ ਬਹੁਤ ਦਰਦ ਹੋ ਰਿਹਾ ਜੀ ਮੇਰੇ ਹੱਡ ਪੈਰ ਸਾਰੇ ਜੁੜ ਗਏ ਮੇਰੇ ਫਿਰ ਦੁਬਾਰਾ ਤੋਂ ਜੁੜ ਗਏ ਰੀਸੈਂਟਲੀ ਮਤਲਬ 14 15 ਸਾਲ ਬਾਅਦ ਅੱਛਾ ਪਹਿਲਾਂ 8 2008 ਚ ਇਹਨਾਂ ਇਲਾਜ ਕਰਾਇਆ ਸੀ ਅੱਛਾ ਤੇ 2008 ਦੇ ਬੈਠੇ ਨੇ ਇਹ 2008 ਤੋਂ ਅੱਛਾ ਤੇ ਉਹ ਉਸ ਤੋਂ ਬਾਅਦ ਜਿਆਦਾ ਨੇ ਮੇਰੇ ਇਲਾਜ ਕਰਾਇਆ ਮੈਨੂੰ ਵੀ ਕਿਸੇ ਨੇ ਦੱਸਿਆ ਕਾਰਕਰ ਮੇਰੀ ਮਸ਼ੀਨ ਇਹ ਦੱਸੇ ਮੈਂ ਹਿਮਾਚਲ ਬੱਦੀ ਕੰਮ ਕਰ ਰਿਹਾ ਸੀ ਕੰਟਰੈਕਟਰ ਦਾ ਤੇ ਉਸੇ ਹੀ ਮੈਨੂੰ ਵਾ ਕਰਨਾ ਪੈਂਦਾ ਸੀ ਬਹੁਤ ਜ਼ਿਆਦਾ ਤੇ ਉਸ ਤੋਂ ਬਾਅਦ ਹੁਣ ਮਤਲਬ ਜਿਵੇਂ ਮੌਸਮ ਚੇਂਜ ਹੋ ਰਿਹਾ ਤੇ ਪਹਿਲਾਂ ਮੈਂ 60 70 ਪੌੜੀਆਂ ਮੇਰੇ ਕਰਦੇ ਜਾਂਗੇ ਮੈਂ 3 4 ਗੇੜੇ ਲਾ ਲੈਂਦਾ ਸੀ ਅਚਾਨਕ ਮੈਨੂੰ ਜੁੜ ਹੀ ਗਏ ਅੱਛਾ ਤੇ ਫਿਰ ਮੈਂ ਦੁਬਾਰਾ ਇਹਨਾਂ ਨੂੰ ਦੱਸਿਆ ਡਾਕਟਰ ਸਾਹਿਬ ਕਹਿੰਦੇ ਮੇਰੇ ਕੋ ਲਾਓ ਹੁਣ 15 ਦਿਨ ਤੋਂ ਮੇਰਾ ਇਲਾਜ ਚੱਲ ਰਿਹਾ ਤੇ ਹੁਣ ਮਤਲਬ ਮੈਂ ਚੜ ਜਾਣਾ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ ਸੋ ਤੁਹਾਨੂੰ ਅਸੀਂ ਇਹ ਤਸਵੀਰਾਂ ਇਹ ਔਜ਼ਾਰਾਂ ਬਾਰੇ ਵੀ ਦੱਸਾਂਗੇ ਦੇਖੋ ਕਿਵੇਂ ਇਹ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਨੇ ਇੱਥੇ ਜਿਨ੍ਹਾਂ ਦੇ ذریعے ਜਿਹੜਾ ਦਰਦ ਹੈਗੇ ਉਹ ਠੀਕ ਕੀਤੇ ਜਾਂਦੇ ਨੇ ਇੱਥੇ ਔਰਤਾਂ ਵਾਸਤੇ ਅਲੱਗ ਤੋਂ ਜਿਹੜਾ ਉਹ ਥੈਰੇਪੀ ਸੈਂਟਰ ਜਿਹੜਾ ਬਣਾਇਆ ਹੋਇਆ ਹੈ ਮਾਤਾ ਜੀ ਨੇ ਸਾਡੇ ਨਾਲ ਉਮਰ ਦਰਾਜ਼ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕਰਾਂਗੇ ਮਾਤਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂ ਇੱਥੇ ਕਿਵੇਂ ਪਿਓ ਹਾਂਜੀ ਠੀਕ ਹਾਂ ਮੈਂਦਰ ਸੀ ਹੁਣ ਆਰਾਮ ਹੈ ਅੱਛਾ ਤਾਂ ਹੀ ਹਸੀ ਜਾ ਰਹੇ ਹੋ ਹੌਲੀ ਹੌਲੀ ਉਸਕੇ ਮੁੱਖ ਅੱਛਾ ਕੀ ਤਕਲੀਫ ਸੀ ਲੱਖ ਜਿਹੇ ਦਰਦ ਹੁੰਦਾ ਸੀ ਜੀ ਅੱਛਾ ਮਨਕੇ ਦਬੇ ਹੋਏ ਸੀ ਡਾਕਟਰਾਂ ਕੋਲ ਬੜੀਆਂ ਦਵਾਈਆਂ ਖਾਧੀਆਂ ਨੇ ਅਕਸਰੇ ਵੀ ਕਰਾਏ ਨੇ ਕੋਈ ਫਰਕ ਨਹੀਂ ਪਿਆ। ਅੱਛਾ ਫਿਰ ਇੱਥੇ ਕਿਵੇਂ ਆ ਕੇ ਫੱਟੇ ਫਰਕ ਪਿਆ ਜੀ? ਹਾਂ ਜੀ ਇੱਥੇ ਫਿਰ ਪਤਾ ਲੱਗਾ ਇਹ ਕੰਮ ਕਰਦੇ ਨੇ ਮੈਂ ਇਹਨਾਂ ਦੁਕਾਨ ਖੋਲੀ ਤਾਂ ਆਈ ਹੁੰਨੀ ਆ। ਤੇ ਹੁਣ ਮੈਨੂੰ ਉੱਪਰ ਠੀਕ ਹੈ। ਅੱਛਾ ਅੱਛਾ ਹੁਣ ਤੁਸੀਂ ਬੈਠ ਸਕਦੇ ਹੋ ਉੱਠ ਕੇ? ਹਾਂ ਜੀ ਬੈਠ ਸਕਨੀ। ਬੈਠ ਕੇ ਦਿਖਾਓ ਜਰਾ ਫਿਰ। ਸੋ ਦੇਖੋ ਤੁਸੀਂ ਇਹ ਮਾਤਾ ਜੀ ਦਾ ਕਹਿਣਾ ਸੀ ਕਿ ਉਹਨਾਂ ਕੋਲੋਂ ਕਿਸੇ ਵੇਲੇ ਤੁਰਿਆ ਵੀ ਸੀ ਨਹੀਂ ਜਾਂਦਾ ਤੇ ਅੱਜ ਇਹ ਹਾਲਾਤ ਨੇ ਥੈਰੇਪੀ ਕਰਾਉਣ ਤੋਂ ਬਾਅਦ ਕਿ ਮਾਤਾ ਜੀ ਖੁਦ ਖੁਦ ਤੰਦਰੁਸਤ ਨੇ ਪੂਰੇ ਤਰੀਕੇ ਨਾਲ ਤੰਦਰੁਸਤ ਨੇ ਮਾਤਾ ਜੀ ਨਾ ਕੀ ਹੈ ਤੁਹਾਡਾ ਹਰ ਭਜਨ ਘੋਰ ਅੱਛਾ ਹਰ ਭਜਨ ਘੋਰ ਅੱਛਾ ਇੱਥੇ ਆਉਣ ਤੋਂ ਪਹਿਲਾਂ ਤਕਲੀਫ ਦੱਸੋ ਕੀ ਸੀ ਤਕਲੀਫ ਇਹ ਮਣਕੇ ਦੱਬੇ ਹੋਏ ਸੀ ਅੱਛਾ ਤੇ ਦਰਦ ਹੁੰਦਾ ਸੀ ਤੇ ਡਾਕਟਰ ਫਤਿਹਗੁਰ ਸਾਹਿਬ ਇਹ ਲਿਖਦੇ ਸੀ ਇਹ ਵੀ ਇੱਥੇ ਵੀ ਨੁਕਸ ਹੈ ਤੇ ਇੱਥੇ ਵੀ ਨੁਕਸ ਹੈ ਅੱਛਾ ਹੁਣ ਮੈਨੂੰ ਐਸੇ ਠੀਕ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ ਸੋ ਇਹ ਤੁਹਾਨੂੰ ਤਸਵੀਰਾਂ ਸੀ ਦਿਖਾਈਆਂ ਨੇ ਜੀ ਦੇਖੋ ਤੁਸੀਂ ਕਿਵੇਂ ਇੱਥੇ ਜਿਹੜੇ ਲੋਕ ਨੇ ਰੁੱੜਦੇ ਰੰਗੜਦੇ ਆਉਂਦੇ ਨੇ ਤੇ ਆਪਣੇ ਪੈਰਾ ਸਿਰ ਹੋ ਕੇ ਚਲੇ ਜਾਂਦੇ ਨੇ ਰੁੱੜਦੇ ਰੰਗੜਦੇ ਆਏ ਸੀ ਹਾਂ ਹਾਂ ਹਾਂਜੀ ਹਾਂਜੀ ਮੇਰੀਆਂ ਪਟਿਆਲਿਆਂ ਕੁੜੀਆਂ ਵੀ ਆਉਂਦੀਆਂ ਨੇ ਅੱਛਾ ਮੇਰੀਆਂ ਭਤੀਜੀਆਂ ਵੀ ਆਉਂਦੀਆਂ ਨੇ ਹਾਂ ਹਾਂ ਸਾਰੇ ਹੀ ਆਉਂਦੇ ਨੇ ਇੱਥੇ ਬੜ ਲੱਗ ਚਦਰ ਦੋ ਵੇ ਬਾਵਾ ਜੀ ਮੇਰੇ ਘਰ ਵੀ ਕੋਈ ਆਉਂਦਾ ਨਾ ਤੇ ਮੈਂ ਕਹਿ ਦਿੰਨੀ ਹਮਲਾਪ ਖੁੱਲ ਜਾਓ ਹੈ ਗੱਲੀ ਦੇ ਵਿੱਚ ਮਲਾਪੇ ਅੱਛਾ ਤੇ ਉਹ ਆਉਂਦੀਆਂ ਕਹਿੰਦੀਆਂ ਆਰਾਮ ਸਾਨੂੰ ਜੀ ਜੀ ਹਾਂਜੀ ਬਹੁਤ ਬਹੁਤ ਸ਼ੁਕਰੀਆ ਸੋ ਇਹ ਤਸਵੀਰਾਂ ਨੇ ਜਿਹੜੀ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਕੁਝ ਕੁ ਜਿਹੜੇ ਮਾਡਰਨ ਇਨਸਟਰੂਮੈਂਟ ਨੇ ਜਿਹੜੇ ਉਹ ਵੀ ਇੱਥੇ ਰੱਖੇ ਹੋਏ ਨੇ ਔਜ਼ਾਰ ਨੇ ਜਿਹੜੇ ਉਹਨਾਂ ਬਾਬਤ ਅਸੀਂ ਗੱਲਬਾਤ ਕਰਾਂਗੇ ਤੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਆ ਤੇ ਇੱਥੇ ਜਿਹੜੇ ਛੋਟੇ ਛੋਟੇ ਔਜ਼ਾਰ ਇਹ ਚੀਜ਼ਾਂ ਨੇ ਇਹ ਕੀ ਤੁਸੀਂ ਲਗਾਇਆ ਹੋਇਆ ਇਸ ਤੋਂ ਤੁਸੀਂ ਕੀ ਕੰਮ ਲੈਨੇ ਹੋ ਜਿਨ੍ਹਾਂ ਦੇ ਸ਼ੋਲਡਰ ਪੇਨ ਔਰ ਉਹਨਾਂ ਦੇ ਸ਼ੋਲਡਰ ਜਾਮਨੇ ਮਤਲਬ ਕਿ ਜਿਨ੍ਹਾਂ ਦਾ ਮੋਢਾ ਉੱਪਰ ਨਹੀਂ ਉੱਠਿਆ ਜਾਂਦਾ ਤਾਂ ਉਹਨਾਂ ਵਾਸਤੇ ਐਕਸਰਸਾਈਜ਼ ਵਾਸਤੇ ਆ ਇਹ ਸਾਨੇ ਕੁਝ ਪੁਆਇੰਟ ਇਹ ਨੀਚੇ ਲਾਇਆ ਥੋੜਾ ਉੱਪਰ ਥੋੜਾ ਅ ਛੋਟੀ ਹਾਈਟ ਵਾਸਤੇ ਲੇਡੀਜ਼ ਵਾਸਤੇ ਹੈ ਤੇ ਉਸ ਤੋਂ ਜੋ ਨਾਰਮਲ ਹਾਈਟ ਹੈ ਔਰ ਔਰ ਜੇ ਜੋ ਲੰਬੀ ਹਾਈਟ ਵਾਲੇ ਨੇ ਜਿਨ੍ਹਾਂ ਦਾ ਮੋਢਾ ਐਕਸਰਸਾਈਜ਼ ਦੱਸਦੇ ਆ ਤਾਂ ਇਹਦੇ ਵਾਸਤੇ ਹੈਂਡ ਨਾਲ ਇਸ ਤਰ੍ਹਾਂ ਐਕਸਰਸਾਈਜ਼ ਹੁੰਦੀ ਆ ਅਸੀਂ ਦੇਖਦੇ ਨੇ ਵੀ ਹੁਣ ਸ਼ੋਲਡਰ ਉੱਪਰ ਕਿੰਨਾ ਉੱਪਰ ਜਾ ਰਿਹਾ ਹੈ ਕਿੰਨਾ نیچے ਜਾ ਰਿਹਾ ਹੈ ਤੇ ਅ ਅੱਛਾ ਉਹ ਨੀਚੇ ਜਾਣਾ ਉੱਪਰ ਕਰਨਾ ਫਿਰ ਇਹ ਐਕਸਰਸਾਈਜ਼ ਹੈ ਹੱਥ ਉੱਪਰ ਲੈ ਕੇ ਜਾਣਾ ਅੱਛਾ ਮਤਲਬ ਜਿਨ੍ਹਾਂ ਦੇ ਮੋਢੇ ਗੋਡੇ ਜਿਹੜੇ ਮੋਢੇ ਜਿਨ੍ਹਾਂ ਦੇ ਖੜੇ ਜਿਨ੍ਹਾਂ ਦੇ ਮੋਢੇ ਖੜੇ ਨੇ ਸੋ ਇਹ ਇਸ ਤਰ੍ਹਾਂ ਇਹ ਤੁਸੀਂ ਐਕਸਰਸਾਈਜ਼ ਕਰਵਾਉਣੇ ਲੋਕ ਜੇਕਰ ਜਿਨ੍ਹਾਂ ਦੇ ਮੋਢੇ ਤੁਹਾਨੂੰ ਇਸ ਵੇਲੇ ਸਾਰੀ ਦੁਨੀਆ ਚ ਦੇਖ ਰਹੇ ਨੇ ਜਿਨ੍ਹਾਂ ਦੇ ਮੋਢਿਆਂ ਚ ਕੋਈ ਦਿੱਕਤ ਹੈ ਇਹ ਸੈਕਸਰਸਾਈਜ਼ ਨਾਲ ਕਰਨ ਨਾਲ ਉਹ ਠੀਕ ਹੋ ਜਾਂਦੇ ਨੇ ਜੀ 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 ਸੋ ਸਾਨੂੰ ਇੱਕ ਜਿਹੜੀ ਹੁਣ ਤੁਸੀਂ ਹਰੂਨ ਸਾਹਿਬ ਸਾਨੂੰ ਉਹ ਐਕਸਰਸਾਈਜ਼ ਜ਼ਰੂਰ ਦੱਸੋ ਜਿਸ ਐਕਸਰਸਾਈਜ਼ ਨੂੰ ਜੇਕਰ ਸ਼ਖਸ ਹੈਗਾ ਉਹ ਕਰਦਾ ਆਪਣੇ ਘਰ ਦੇ ਵਿੱਚ ਰੋਜ਼ਾਨਾ ਕਰਦਾ ਤਾਂ ਜਿਹੜੇ ਉਹਨਾਂ ਦੇ ਦਰਦ ਨੇ ਉਹ ਨਹੀਂ ਉਹਨਾਂ ਨੂੰ ਹੋਣਗੇ ਸਭ ਤੋਂ ਮੈਂ ਇੱਕ ਐਕਸਰਸਾਈਜ਼ ਦੱਸੂ ਮੈਂ ਇਹਦਰ ਹੰਸਾਲੀ ਸਾਹਿਬ ਵਿਖੇ ਵੀ ਦੱਸੀ ਸੀ ਸਰਵਾਈਕਲ ਬਾਰੇ ਕੀ ਤੁਸੀਂ ਹੰਸਾਲੀ ਸਾਹਿਬ ਵੀ ਜਾਣਦੇ ਹੋ ਜੀ ਜੀ ਹੰਸਾਲੀ ਸਾਹਿਬ ਆਪਣਾ ਕੈਂਪ ਹੁੰਦਾ ਮਤਲਬ ਕਿ ਫ੍ਰੀ ਸੇਵਾ ਕਰਦੇ ਅਸੀਂ ਬਿਲਕੁਲ ਫ੍ਰੀ ਮਹੀਨੇ ਦੇ ਇੱਕ ਪਹਿਲੇ ਸੰਗਰਾਦ ਨੂੰ ਮਹੀਨੇ ਦੇ ਸੰਗਰਾਦ ਨੂੰ ਮਹੀਨੇ ਦੀ ਜੀ ਜੀ ਤੋ ਐਕਸਰਸਾਈਜ਼ ਕਿਹੜੀ ਦੱਸ ਰਹੇ ਸੀ ਤੁਸੀਂ ਐਕਸਰਸਾਈਜ਼ ਅ ਅਮੀਰ ਇਧਰ ਆ ਬੇਟਾ ਉਧਰ ਮਾਤਾ ਜੀ ਨੂੰ ਬੁਲਾਓ ਮਾਤਾ ਜੀ ਨੂੰ ਬੁਲਾਓ ਮਾਤਾ ਜੀ ਨੂੰ ਸਰਵਾਈਕਲ ਹੈ ਮਾਤਾ ਜੀ ਨੂੰ ਆਪਾਂ ਹੁਣੇ ਕਰੰਟਲੀ ਤੁਹਾਨੂੰ ਕਰਕੇ ਦੱਸਦਾ ਕਿੰਨੇ ਟਾਈਮ ਚ ਸਰਵਾਈਕਲ ਆਲਾ ਤੁਸੀਂ ਜਿਹੜਾ ਪੇਨ ਹੈਗਾ ਕਿੰਨੇ ਮਿੰਟਾਂ ਚ ਦੂਰ ਕਰ ਦਿੰਦੇ ਹੋ ਕਿੰਨੇ ਟਾਈਮ ਚ ਦੂਰ ਕਰ ਮੈਂ 5 ਮਿੰਟ ਕਰੂੰਗਾ ਐਕਸਰਸਾਈਜ਼ ਉਹਨਾਂ ਦੀ 5 ਮਿੰਟਾਂ ਦੇ ਵਿੱਚ ਉਹ ਕਹਣਗੇ ਮੈਨੂੰ ਬਹੁਤ ਜ਼ਿਆਦਾ ਰੀਲੀਫ ਮਿਲ ਗਿਆ 5 ਮਿੰਟਾਂ ਜਿਨ੍ਹਾਂ ਦੀ ਅੱਖਾਂ ਭਰੀ ਹੋਈਆਂ ਨੇ 5 ਮਿੰਟਾਂ ਢੀ ਖੋਜੋ ਕੀ ਕੀ ਸਰਵਾਈਕਲ ਦੇ ਵਿੱਚ ਕੀ ਕੀ ਦਿੱਕਤਾਂ ਕੀ ਹੁੰਦੀਆਂ ਸਰਵਾਈਕਲ ਦੇ ਨਾਲ ਪੇਨ ਹੱਥੇ ਚੱਲੇ ਜਾਂਦਾ ਬਾਹਾਂ ਸੁੰਨ ਹੋਣ ਲੱਗਦੀ ਹੈ ਸਿਰ ਭਾਰੀ ਹੋ ਜਾਂਦਾ ਅੱਖਾਂ ਭਾਰੀ ਹੋ ਜਾਂਦੀਆਂ ਨੇ ਗਰਦਨ ਭਾਰੀ ਹੋ ਜਾਂਦੀ ਹੈ ਬੰਦੇ ਨੂੰ ਨੀਂਦ ਨਹੀਂ ਆਉਂਦੀ ਹੈਗੀ ਸਾਰਾ ਦਿਨ ਪਰੇਸ਼ਾਨੀ ਰਹਿੰਦੀ ਹੈ ਕਿਸੇ ਦੇ ਇੱਕ ਸਾਈਡ ਤੇ ਦਰਦ ਹੋਣ ਲੱਗਦਾ ਕਿਸੇ ਦੋਨਾਂ ਸਾਈਡ ਤੇ ਦਰਦ ਹੁੰਦਾ ਹੈ ਮੋਢਿਆਂ 'ਚ ਦਰਦ ਹੋਣ ਲੱਗਦਾ ਮਤਲਬ ਕਿ ਅਲੱਗ-ਅਲੱਗ ਪਰੇਸ਼ਾਨੀਆਂ ਸਰਵਾਈਕਲ ਦੀਆਂ ਨੇ ਪ੍ਰੋਬਲਮ ਹੈਗੀ ਹੈ ਕਿ ਇਹ ਜਿਹੜਾ ਪੂੜੇ 'ਚੋਂ ਖੱਬੇ 'ਚੋਂ ਜਾਂ ਸੱਜੇ ਪੂੜੇ ਤੋਂ ਜਿਹੜੀ ਦਰਦ ਹੈਗਾ ਉਹ ਹੀਠਾਂ ਤੱਕ ਜਾਂਦਾ ਉਹ ਕੀ ਦਿੱਕਤ ਹੁੰਦੀ ਹੈ ਉਹ ਸਰਟੀਕਲ ਪੇਨ ਕਹਿੰਦੇ ਨੇ ਜੀ ਉਹਨਾਂ ਨੂੰ ਅਸੀਂ ਥੈਰੇਪ ਪੇਜ ਆ ਕੀ ਉਹਨ ਸੈਪੀਨਲ ਸੈਟ ਕਰਦੇ ਆ ਫਿਰ ਨਾਸਦ ਦਬ ਕੀ ਉਹ ਵੀ ਥੈਰੇਪੀ ਨਾਲ ਸੈਟ ਕਰਦੇ ਆ ਉਸ ਤੋਂ ਬਾਅਦ ਜਿਹੜੀ ਬਲੱਡ ਸਰਕੂਲੇਸ਼ਨ ਹੈ ਅਗਰ ਕਿਤੇ ਰੁਕੀ ਹੋਈ ਹੈ ਤਾਂ ਉਹ ਚੱਲ ਜਾਂਦੀ ਹੈ ਮਸ਼ੀਨਾਂ ਲਗਾਣੀਆਂ ਜਾਂ ਫਿਜ਼ੀਓ ਥੈਰੇਪੀ ਦੀਆਂ ਔਰ ਹੱਥ ਨਾਲ ਸੈਪੀ ਦਿੰਨੇ ਆ ਜੀ 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 ਸੋ ਤੁਹਾਡੀ ਮੁਲਾਕਾਤ ਹੈਗੀ ਹੈ ਜਿਹੜੀ ਅੱਜ ਅਸੀਂ ਫਿਜ਼ੀਓ ਥੈਰੇਪਿਸਟ ਹਾਰੂਨ ਨਾਲ ਕਰਵਾਈ ਹੈ ਜਿਹੜੇ ਕਿ ਸਰਹੰਦ ਦੇ ਵਿੱਚ ਬੈਠੇ ਨੇ ਇਹ ਲਿਬੜਾ ਕੰਪਲੈਕਸ ਹੈਗਾ ਰੇਲਵੇ ਸਟੇਸ਼ਨ ਦੇ ਬਿਲਕੁਲ ਨਾਲ ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਤੂੰ ਐਡਰੈਸ ਨਹੀਂ ਤੁਸੀਂ ਦੋਸਤੀ ਦੱਸ ਦੇ ਅਸੀਂ ਐਡਰੈਸ ਵੀ ਤੁਹਾਨੂੰ ਨਾਲੋ ਨਾਲ ਅਸੀਂ ਦੱਸ ਰਿਹਾ ਔਰ ਨਾਲੋ ਨਾਲ ਨੰਬਰ ਵੀ ਹੈ ਜਿਹੜਾ ਇੱਕ ਸਕਰੀਨ ਦੇ ਉੱਤੇ ਚੱਲ ਰਿਹਾ ਹੈ ਤੁਸੀਂ ਸਾਡੀ ਗੁਜ਼ਾਰਿਸ਼ ਇਹ ਹੈ ਕਿਉਂਕਿ ਇੱਥੇ ਰਸ਼ ਹੁੰਦਾ ਹੈ ਤੇ ਰਸ਼ ਹੋਣ ਕਰਕੇ ਤੁਸੀਂ ਪਹਿਲਾਂ ਅਪਾਇੰਟਮੈਂਟ ਲੈ ਕੇ ਹੀ ਜਿਹੜਾ ਇੱਥੇ ਜਿਹੜਾ ਫਿਜ਼ੀਓਥੈਰਾਪਿਸਟ ਹਾਰੂਨ ਹੋਰਾ ਨਾਲ ਜਿਹੜੀ ਗੱਲਬਾਤ ਕਰਨੀ ਹੈ ਮੁਲਾਕਾਤ ਜਿਹੜੀ ਉਹ ਕਰਨੀ ਹੈ ਸੋ ਤੁਹਾਨੂੰ ਇੱਕ ਲਾਈਵ ਜਿਹੜਾ ਇੱਕ ਡੈਮੋ ਦੇ ਕੇ ਦਿਖਾ ਰਹੇ ਨੇ ਕਿ ਜੇਕਰ ਇਹ ਐਕਸਰਸਾਈਜ਼ ਅਸੀਂ ਘਰ ਦੇ ਵਿੱਚ ਕਰੀਏ ਤਾਂ ਜਿਹੜਾ ਸਰਵਾਈਕਲ ਹੈਗਾ ਉਹ ਸਰਵਾਈਕਲ ਸਾਨੂੰ ਨਹੀਂ ਹੋਏਗਾ ਸੋ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਵੇਲੇ ਵਿਸ਼ੇਸ਼ ਕਰਕੇ ਉਹਨਾਂ ਲੋਕਾਂ ਲਈ ਬੜੀਆਂ ਅਹਿਮ ਤੇ ਖਾਸ ਤਸਵੀਰਾਂ ਨੇ ਜਿਨ੍ਹਾਂ ਦੇ ਪਿੱਠ ਦੇ ਵਿੱਚ ਦਰਦ ਰਹਿੰਦਾ ਹੈ ਜਿਨ੍ਹਾਂ ਦੀ ਗਰਦਨ ਦੇ ਵਿੱਚ ਦਰਦ ਰਹਿੰਦਾ ਔਰ ਜਿਨ੍ਹਾਂ ਦੇ ਸਾਰੇ ਸਰੀਰ ਦੇ ਵਿੱਚ ਦਰਦ ਹੈ ਜਿਹੜਾ ਉਹ ਸਰਵਾਈਕਲ ਕਰਕੇ ਹੁੰਦਾ ਹੈ ਸੋ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਮਿੰਟਾਂ ਮਿੰਟਾਂ ਦੇ ਵਿੱਚ ਜਿਹੜਾ ਸਰਵਾਈਕਲ ਦੇ ਦਰਦ ਤੋਂ ਜਿਹੜਾ ਰਾਹਤ ਹੈ ਉਹ ਮਿਲਦੀ ਹੈ ਕਿੰਨਾ ਕੁ ਟਾਈਮ ਦੇ ਵਿੱਚ ਤੁਸੀਂ ਜਿਹੜਾ ਸਰਵਾਈਕਲ ਦੇ ਪੇਨ ਨੂੰ ਠੀਕ ਕਰ ਤੁਹਾਡੇ ਸਾਹਮਣੇ ਕਰੂੰਗਾ ਜੀ 5 ਮਿੰਟਾਂ ਵਿੱਚ ਉਹਨਾਂ ਨੂੰ ਰਿਲੈਕਸ ਹੋ ਜਾਣਗੇ 5:00 ਬਜੇ 10 ਮਿੰਟ ਅਗਰ ਜੋ ਮੈਂ ਦਸੂਗਾ ਅਗਰ ਕੋਈ ਵੀ ਸਰਵਾਈਕਲ ਮਾ ਪੇਸ਼ੰਟ ਹੈ ਮੈਂ ਸਭ ਨੂੰ ਇਹ ਕਹਿ ਰਹੇ ਹਾਂ ਕਿ ਜਿਸ ਨੂੰ ਮੈਂ ਇਹ ਚੀਜ਼ ਦਸੂਗਾ ਉਹ ਅਗਰ ਘਰੇ ਡੇਲੀ ਕਰੇ ਤਾਂ 1 ਮਹੀਨੇ ਬਾਅਦ ਉਹਨੂੰ ਸਰਵਾਈਕਲ ਬਿਲਕੁਲ ਹੀ ਜੜ ਤੋਂ ਖਤਮ ਹੋ ਜਾਊ ਲੇਕਿਨ ਡੇਲੀ ਕਰਨੀ ਪਣੀ ਹੈ 1 ਮਹੀਨੇ ਤੋਂ ਬਾਅਦ ਵੀ ਉਹਨੂੰ ਥੋੜੇ ਥੋੜੇ ਦਿਨ ਇੱਕ ਦਿਨ ਛੱਡ ਕੇ ਦੋ ਦਿਨ ਛੱਡ ਕੇ ਆਪਣਾ ਡੇਲੀ ਯੂਜ਼ ਵਿੱਚ ਲੈ ਕੇ ਹੋਣੀ ਬਣੀ ਹੈ ਐਕਸਰਸਾਈਜ਼ ਜੋ ਮੈਂ ਉਹਨਾਂ ਨੂੰ ਦਸੂਗਾ ਇਸ ਵਾਰ ਕੀ ਐਕਸ ਹੈ ਮੈਂ ਕੁਝ ਪੁਆਇੰਟ ਦਸੂਗਾ ਪੁਆਇੰਟ ਨੋਟ ਕਰਨ ਵਾਲੇ ਨੇ ਜਿਹੜੇ ਪੇਸ਼ੰਟ ਨਹੀਂ ਆ ਸਕਦੇ ਔਰ ਘਰ ਦੇ ਵਿੱਚ ਵੀ ਯੂ ਕਪੜਾ ਲੈ ਲਈ ਜੀ ਆਪਣੇ ਸਭ ਤੋਂ ਪਹਿਲਾਂ ਇਹ ਹੱਥ ਨੂੰ ਇਸ ਤਰ੍ਹਾਂ ਜੋੜ ਲੈਣਾ ਪੰਜੋ ਉਂਗਲੀਆਂ ਠੀਕ ਹੈ ਜੀ ਇਹ ਰਾਈਟ ਹੈਂਡ ਹੈ ਐਂਡ ਲੈਫਟ ਹੈਂਡ ਦੋਨੇ ਇਸ ਤਰ੍ਹਾਂ ਕਰ ਲੈਣੀਆਂ ਔਰ ਆਪਣੇ ਇਹ ਕੰਨ ਦੀ નીચે ਲੋ ਤੋਂ ਕੰਨ ਦੀ ਲੋ ਤੋਂ ਇੰਚ ਕੁ ਥੋੜਾ نیچے ਆ ਚੀ ਜਾਨੇ ਪਰ ਠੀਕ ਹੈ ਜੀ ਔਰ ਮੈਂ ਕਪੜਾ ਹੀ ਰੱਖਦਾ ਤਾਂ ਕਿ ਤੁਹਾਨੂੰ ਪਤਾ ਨਾ ਨਹੀਂ ਰਗਣਾ ਇਸ ਕਰਕੇ ਮੈਂ ਇਸ ਤਰ੍ਹਾਂ ਰੱਖ ਰਿਹਾ ਤੁਹਾਨੂੰ ਸਮਝ ਆ ਜੂਗਾ ਤਾਂ ਦੋਨੋਂ ਚ ਜਾਂ ਲਾ ਕੇ ਇੱਥੋਂ ਆਪਣੇ 10 ਬਾਰ ਕਰਨਾ ਦੇਖੋ 1 2 3 4

ਮਤਲਬ ਕਿ ਇਹ ਗ੍ਰਿਪ ਬਣਾ ਲੈਣਾ ਕੰਨ ਦੀ ਲੋ ਦੇ નીચે ਨਸਾਂ ਨੇ ਉਹ ਹਲਕੀ ਹਲਕੀਆਂ ਉਹਨਾਂ ਨੂੰ ਪ੍ਰੈਸ ਕਰਨਾ ਹਲਕੀ ਹਲਕੀਆਂ ਮਤਲਬ ਕਿ ਇਹ ਆ ਦੇਖੋ ਇਹਨਾਂ ਨੂੰ ਪੰਜ ਵਾਰ ਕਰਨਾ ਹੈ 1 2 3 4 5 ਉਸ ਤੋਂ ਪੰਜ ਵਾਰੀ ਕਰਦੇ ਆ ਦਰਦ ਛੂ ਮੰਤਰ ਹਾਂ ਬਸ ਦੇਖੀ ਚਲੋ ਪੰਜ ਵਾਰ ਇਹ ਕਰ ਲਿਆ ਦਰਦ ਛੂ ਮੰਤਰ ਉਹ ਦੂਜੀ ਵਾਰ ਦੇਖੋ ਦੂਜੀ ਵਾਰ نیچے ਇੱਕ ਨਿਚੇ ਨਿਚੇ ਆ ਕੇ ਪੰਜ ਵਾਰ ਫਿਰ ਕਰਨਾ ਹੈ 1 2 3 4 5 ਉਸ ਤੋਂ ਬਾਅਦ ਮੋਟੀ ਨਾਸਾ ਕੀ ਉਸ ਤੋਂ ਬਾਅਦ ਫਿਰ ਪੰਜ ਵਾਰ ਕਰਨਾ ਹੈ 1 2 3 4 ਠੀਕ ਹੈ ਜੀ ਪੰਜ ਵਾਰ ਕਰਨਾ ਹੈ ਉਸ ਤੋਂ ਬਾਅਦ ਦਬਾ ਲੈਣਾ ਬਾਹਾਂ ਦਬਣੀ ਹੈ ਠੀਕ ਹੈ ਜੀ ਔਰ ਥੋੜਾ ਜਿਹਾ ਉੱਪਰ ਉਠਾ ਕੇ ਰਾਈਟ ਲੈਫਟ نیچے ਔਰ ਉੱਪਰ ਦੇਖੋ ਪੁੱਛੋ ਮਾਤਾ ਜੀ ਨੂੰ ਸਕੂਨ ਕਿੰਨਾ ਕਰਿਆ ਕਿਹੋ ਜਿਹਾ ਫੀਲ ਹੋਇਆ ਜੀ ਠੀਕ ਹੋ ਜਾਂਦਾ ਜੀ ਅੱਛਾ ਹਾਂ ਜੀ ਕਿੰਨਾ ਕੁ ਦਰਦ ਸੀ ਪਹਿਲਾਂ ਦਰਦ ਤਾਂ ਹੁੰਦਾ ਹੀ ਰਹਿੰਦਾ ਜੀ ਜੇ ਕਈ ਵਾਰੀ ਕਈ ਵਰੀ ਅਖਬਾਰ ਖ਼ਬਰ ਪੜਦੇ ਆ ਜਾਂ ਕੋਈ ਕੰਮ ਕਰਦੇ ਆ ਫਿਰ ਹੋਣ ਲੱਗ ਜਾਂਦਾ ਜੀ 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 ਬਹੁਤ ਬਹੁਤ ਸ਼ੁਕਰੀਆ ਜੀ ਸੋ ਇਹ ਥੋੜੀ ਮੁਲਾਕਾਤ ਹੈ ਜਿਹੜੀ ਅੱਜ ਅਸੀਂ ਕਰਵਾਈ ਹੈ ਫਿਜ਼ੀਓਥੈਰੇਪਿਸਟ ਮੁਹੰਮਦ ਹਾਰੂਨ ਨੇ ਜਿਹੜੇ ਕਿ ਇੱਥੇ ਮਿਲਾਪ ਕਲੀਨਿਕ ਦੇ ਨਾਂ ਦੇ ਉੱਤੇ ਜਿਹੜਾ ਥੈਰੇਪੀ ਸੈਂਟਰ ਦੇ ਨਾਂ ਤੇ ਉੱਤੇ ਇੱਥੇ ਜਿਹੜਾ ਅ ਠੀਕ ਕਰਨ ਦਾ ਕੰਮ ਹੈਗਾ ਦਰਦਾਂ ਨੂੰ ਠੀਕ ਕਰਨ ਦਾ ਕੰਮ ਹੈਗਾ ਜਿਹੜਾ ਉਹ ਕਰਦੇ ਨੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦੰਨੇ ਆ ਇਹਦੇ ਵਿੱਚ ਫੋਨ ਨੰਬਰ ਵੀ ਹੈ ਤੁਸੀਂ ਉਹ ਨੋਟ ਕਰ ਸਕਦੇ ਹੋ ਉਹ ਫੋਨ ਨੰਬਰ ਤੇ ਕਾਲ ਕਰਕੇ ਹੀ ਤੁਸੀਂ ਇੱਥੇ ਆਇਓ ਕਿਉਂਕਿ ਕਾਫੀ ਜਿਹੜੇ ਲੋਕ ਨੇ ਕਾਫੀ ਰਸ਼ ਹੈਗਾ ਜਿਹੜਾ ਉਹ ਇਸ ਥਾਂ ਦੇ ਉੱਤੇ ਹੁੰਦਾ ਸੋ ਇਸੇ ਉਮੀਦ ਨਾਲ ਇਸੇ ਆਸ ਦੇ ਨਾਲ ਸਾਡਾ ਪਰਪਸ ਤੁਹਾਨੂੰ ਦਿਖਾਉਣ ਦਾ ਇਹੋ ਹੈ ਕਿ ਜਿਹੜਾ ਅ ਅਸੀਂ ਦਵਾਈਆਂ ਤੋਂ ਟੀਕਿਆਂ ਤੋਂ ਆਪਣਾ ਖਿਹੜਾ ਛਡਾਈਏ ਨੇਚਰਲ ਤਰੀਕੇ ਨਾਲ ਜੋ ਥੈਰਾਪੀਆਂ ਸਾਨੂੰ ਦਿੱਤੀਆਂ ਨੇ ਸਾਡੇ ਵਿਗਿਆਨ ਨੇ ਉਹਨਾਂ ਥੈਰਾਪੀਆਂ ਦੇ ذریعے ਬਗੈਰ ਅਸੀਂ ਗੋਲੀਆਂ ਖਾਦੇ ਬਗੈਰ ਬਹੁਤੇ ਡਾਕਟਰਾਂ ਦੇ ਚੱਕਰਾਂ 'ਚ ਪਏ ਆਪਣਾ ਜਿਹੜਾ ਇਲਾਜ ਹੈ ਅਸੀਂ ਆਸਾਨੀ ਨਾਲ ਅਤੇ ਘੱਟ ਪੈਸਿਆਂ ਦੇ ਵਿੱਚ ਜਿਹੜਾ ਉਹ ਕਰਵਾ ਸਕੀਏ ਕਾਸੀਫ ਫਾਰੂਕੀ ਹਕੀਕਤ ਟੀਵੀ ਪੰਜਾਬੀ ਸਰੰਦ ਸ਼ੇਰ